ਸਦਾਮ ਦਾ ਵਿਰਾਤ ਜੁਰਮ ਸਾਬਿਤ ਹੋ ਗਿਆ ਹੈ। ਚੌਧਰੀ ਸਾਹਿਬ ਆਣਗੇ, ਆਪਣਾ ਫੈਸਲਾ ਸੁਣਾਉਣਗੇ। ਅਸਲਾਮ ਅਲੈਕੁਮ ਚੌਧਰੀ ਸਾਹਿਬ। ਵਾਲੇਕੁਮ ਅਸਲਾਮ। ਤਸ਼ਰੀਫ ਰੱਖੋ ਤੁਸੀਂ ਸਾਰੇ ਸਾਡੇ ਬਿਰਾਵ, ਅਸੀਂ ਤੁਹਾਡੇ ਬਰਾਬਰ ਬੈਠਾਂਗੇ। ਚੌਧਰੀ ਸਾਹਿਬ, ਮਿਹਰਬਾਨ ਹਾਕਮ ਆਪਣੇ ਮਾਈ ਬਾਪ ਹੁੰਦੇ ਨੇ, ਆਓ ਆਪਣੇ ਵਾਰਸਾਂ ਦੀ ਕੁਰਸੀ ਤੇ ਬੈਠ ਕੇ ਇਨਸਾਫ ਦਾ ਬੋਲ ਬਾਲਾ ਕਰੋ। ਚੌਧਰੀ ਸਾਹਿਬ, ਇਹ ਸ਼ਰਾਬੀ ਕਬਾਬੀ ਸਦਾਮ ਦਾ ਵੱਡਾ ਵਿਰਾ ਹੈ। ਚਾਚੇ ਫਜ਼ਲੂ ਦੀ ਇੱਜ਼ਤ ਤੇ ਇਹਨੇ ਹੱਥ ਪਾਇਆ, ਇਹਦੀ ਸਜ਼ਾ ਤਜਵੀਜ਼ ਕਰੋ। ਸਜ਼ਾ ਤੇ ਇਹਦੀ ਮੌਤ ਹੈ, ਪਰ ਜ਼ਿੰਦਗੀ ਤੇ ਮੌਤ ਦਾ ਫੈਸਲਾ ਮੇਰੇ ਸੋਹਣੇ ਰੱਬ ਦੇ ਹੱਥ 'ਚ ਹੈ। ਇਹਦਾ ਹੱਥ ਜਿਹੜਾ ਮੇਰੇ ਪਿੰਡ ਦੀ ਇੱਜ਼ਤ ਵੱਲ ਵਧਿਆ, ਸਾਡਾ ਫੈਸਲਾ ਹੈ, ਇਹਦਾ ਉਹ ਹੱਥ ਲਾ ਦਿਓ। ਇਹਨੂੰ ਮਾਫ ਕਰ ਦਿਓ ਚੌਧਰੀ ਸਾਹਿਬ, ਇਹ ਮੇਰੀ ਜ਼ਿੰਦਗੀ ਦਾ ਆਖਰੀ ਸਹਾਰਾ ਹੈ, ਇਹਨੂੰ ਮਾਫ ਕਰ ਦਿਓ। ਤੁਹਾਨੂੰ ਰੱਬ ਦਾ ਵਾਸਤਾ ਚੌਧਰੀ ਸਾਹਿਬ, ਇਹਨੂੰ ਮਾਫ ਕਰ ਦਿਓ। ਕੋਈ ਅਪੀਲ ਨਾ ਕਰੀ, ਅਸਾਂ ਤੇਰੀ ਕੋਈ ਦਲੀਲ ਨਹੀਂ ਸੁਣਨੀ। ਸਾਡਾ ਦਿੱਤਾ ਕੌਲ ਤੇ ਸਾਡਾ ਫੈਸਲਾ ਅੱਲਾਹ ਦੀ ਮਿਹਰਬਾਨੀ ਨਾਲ ਕੋਈ ਨਹੀਂ ਬਦਲ ਸਕਦਾ, ਕੋਈ ਨਹੀਂ ਬਦਲ ਸਕਦਾ।
साहब सवारी तैयार है। बाबे पीर दीदार अली शाह दरबार से हाजरी देने वास्ते तैयार है। वो वक्त ते बादशाह ते दिलां दे हाकम ने चौधरी साहब उन्हां दे दर ते मखलूक खुदा खाली हाथ आंदी है ते जोलियां बार बार के लै जांदी। तू ते जानना है असी अपने लिए कभी कुछ नहीं मंगया, जो कुछ भी मंगया है अपने अथरे ते अनमोल पुत्र लई मंगया है। जिहनू तुसी जिंदगी दा मरकज बना लिया वो तुहाडा कल्ला कल्ला पुत्र कालू है। कालू साडा चन्न वर्गा पुत्र है। इस चन्न दा चानण हमेशा हवेली दे विच कायम रहे। यही दुआ मंगण लई इस हवेली की दलील तो लैके उस दरगाह तक असी नंगे पैर जावांगे। मैं दुनिया ले चौधरी पर तुहाडे दर दा मंगता, मेरे को किसे शै दी कमी नहीं। मैं कुछ अपने लिए नहीं मंगता, मैं रो के गिड़गिड़ा के तुहाडे दर ते इको याद लैके आया। सोने रब अगे मेरी सिफारिश कर दियो, मेरी सिफारिश कर दियो। मेरे अथरे ते अनमोल ते मेरे आखे न लगन वाले पुत्र नूं सीधा राह दिखा दियो, सीधा राह दिखा दियो, सीधा राह दिखा। अंदर बुला लिए। हाँ अच्छू बुला ला अंदर बुला ला। सलाम चौधरी साहब, मेरे लिए की हुक्म है? तेरे प्यो ने अपना लहू दे के वफादारी दे च अपना नाम रोशन किया, ते आज पुत्र दे लहू दा इम्तिहान है। तू साडे पुत्र कालू दी राखी करें, यही तेरी नौकरी है। जो हुक्म चौधरी साहब। ओ केड़ा राखा आए राखा, ओ असी ता आप शेर आए ते शेर कदी मुल दी रस्सी नाल नहीं बद्दे। ओए कमिया मेरे हाथ च हाथ पाए। जोर रखाए नहीं चौधरी साहब, कदी जोर आवरा नूं ही कामे अपना जोर विखाया। वेला आया ते इस कामे दी बावां दा ही जोर लगेगा चौधरी साहब। ओ सियाणा लगा है,
ਅੱਜ ਤੋਂ ਅੱਛੂ ਤੇਰੇ ਨਾਲ ਰਹੇਗਾ ਕਾਲੂ। ਸਾਡਾ ਹੁਕਮ ਹੈ, ਤੁਹਾਡਾ ਹੁਕਮ ਸਿਰ ਮੱਥੇ ਤੇ ਅੱਬਾ ਜੀ, ਮੈਂ ਤੁਹਾਡਾ ਹੁਕਮ ਕਿਵੇਂ ਟਾਲ ਸਕਦਾ। ਉਹ ਸਦਕੇ ਕਾਲੂ, ਉਹ ਕਨਿਆ ਅੱਜ ਤੂੰ ਤੇਰੀ ਨੌਕਰੀ ਪੱਕੀ ਹੋ ਗਈ ਏ, ਚੱਲ ਆ ਮੇਰੇ ਨਾਲ। ਪੁੱਤਰ ਸ਼ੇਰ ਅਲੀ, ਅੱਜ ਤੇ ਬੜੇ ਦਿਨਾਂ ਤੋਂ ਬਾਅਦ ਚੱਕਰ ਲਾਏ। ਬੜੇ ਦਿਨਾਂ ਤੋਂ ਬਾਅਦ ਚੱਕਰ ਲਾਇਆ ਸ਼ੇਰ ਅਲੀ। ਬਾਬਾ ਮੈਂ ਅੱਜ ਆਪਣੇ ਕਾਲੂ ਯਾਰ ਨੂੰ ਮਿਲਣ ਆਇਆ, ਉਹ ਨਜ਼ਰ ਨਹੀਂ ਆ ਰਿਹਾ ਕਿੱਥੇ ਹੈਗਾ। ਉਹ ਡੇਰੇ ਤੇ ਬੈਠੇ, ਜਾਂ ਮਿਲ ਲੈ ਉਹਨੂੰ ਡੇਰੇ ਤੇ ਬੈਠੇ। ਚਲੋ ਮੈਂ ਮਿਲ ਲੈਣਾ, ਠੀਕ ਹੈ ਮੈਂ ਫਿਰ ਆਵਾਂਗਾ। ਠੀਕ। ਮੰਗਿਆ, ਲੱਗਦਾ ਸ਼ੇਰ ਅਲੀ ਆ ਰਿਹਾ ਤੇ ਬੜੇ ਦਿਨਾਂ ਬਾਅਦ ਆ ਰਿਹਾ ਸ਼ਹਿਰ ਵਿੱਚੋਂ। ਹਾਂ ਮਲਕ, ਸ਼ੇਰ ਅਲੀ ਕਾਲੂ ਦਾ ਯਾਰ ਆ ਰਿਹਾ। ਓਏ ਅੱਜ ਕਾਲੂ ਦੇ ਯਾਰ ਨੂੰ ਮਾਰ ਕੇ ਬਾਬੇ ਨੂੰ ਖੁਸ਼ ਖਬਰੀ ਸੁਣਾਵਾਂਗੇ। ਤੇਰੇ ਜਾ ਸ਼ੇਰ ਅਲੀ, ਕੀ ਗੱਲ ਹੈ ਸ਼ਰੀਕਾ, ਮੇਰਾ ਰਸਤਾ ਛੱਡ ਦੇ। ਓਏ ਲੱਗਦਾ ਮੇਰੇ ਯਾਰ ਕਾਲੂ ਦੇ ਕਤਲ ਤੁਹਾਨੂੰ ਭੁੱਲ ਗਏ ਨੇ। ਓਏ ਚੁੱਪ ਕਰੇ ਸ਼ਰੀਕਾ। ਬੜੇ ਦਿਨਾਂ ਬਾਅਦ ਆਇਆ, ਉਹ ਸਾਡੀਆਂ ਯਾਦਾਂ ਤੈਨੂੰ ਭੁੱਲ ਗਈਆਂ ਨੇ ਮਲਕ ਸ਼ੇਰ ਅਲੀ। ਕਿਵੇਂ ਹੋ ਸਕਦਾ ਕਾਲੂ, ਸੂਰਜ ਨਿਕਲਣਾ ਤਾਂ ਭੁੱਲ ਸਕਦਾ, ਜ਼ਮੀਨ ਅਸਮਾਨ ਤਾਂ ਮਿਲ ਸਕਦੇ, ਲੇਕਿਨ ਮੈਂ ਤੈਨੂੰ ਭੁੱਲ ਜਾਵਾਂ ਇਹ ਨਹੀਂ ਹੋ ਸਕਦਾ। ਉਹ ਖੁਸ਼ ਕੀਤੇ ਹੀ। ਮੇਰਾ ਯਾਰ ਸ਼ਹਿਰ ਰੰਗ ਪਾਇਆ,
ਔਰ ਰਾਜੇ ਕਿੱਥੇ ਚਲਾ ਗਿਆ ਸੈਂ ਸਰ ਲਾਹੌਰ ਇੱਕ ਸੀਡੀ ਦਾ ਪ੍ਰੋਗਰਾਮ ਹੈ ਸੀ ਰਿਕਾਰਡਿੰਗ ਦਾ ਉੱਥੇ ਚਲਾ ਗਿਆ ਔਰ ਬਈ ਸਦਾਮ ਤੂੰ ਠੀਕ ਹੈ ਔਰ ਤਬੀਅਤ ਸਿਹਤ ਕੈਸੀ ਹੈ ਓਏ ਆਓ ਬਾਓ ਯਾਰ ਕਾਲੂ ਯਾਰ ਤੇਰੇ ਤੋਂ ਬਗੈਰ ਸੀਡੀ ਦਾ ਮਜ਼ਾ ਨਹੀਂ ਆਇਆ ਰਿਕਾਰਡਿੰਗ ਕੀਤੀ ਤਾਂ ਹੈ ਲੇਕਿਨ ਮਜ਼ਾ ਨਹੀਂ ਆਇਆ ਤਾਂ ਫਿਰ ਉੱਥੇ ਕੀ ਸੁਣਾ ਕੇ ਆਇਆ ਸੀਡੀ 'ਚ ਸੀਡੀਏ 'ਚ ਯਾਰ ਜਿਹੜਾ ਕੁਛ ਸੁਣਾ ਕੇ ਆਇਆ ਅਗਰ ਕਹਿਵੇਂ ਤਾਂ ਮੈਂ ਤੈਨੂੰ ਇੱਕ ਸ਼ੇਰ ਸੁਣਾ ਦੇਵਾਂ ਤੈਥੋਂ ਫੁੱਟ ਕੇ ਤੇਰੀਆਂ ਯਾਦਾਂ ਦਾ ਰੋਲਾ ਸੱਜਣ ਮੁਕਾ ਨਾ ਸਕਿਆ ਵਾਹ ਵਾਹ ਰੱਗ ਸਭ ਕੀ ਬਾਤ ਹੈ ਦਿਲ ਪਾਬੰਦ ਤੇਰੀਆਂ ਅੱਖੀਆਂ ਦਾ ਪਿੱਛਾ ਕਦਮ ਹਟਾ ਨਾ ਸਕਿਆ ਕੀ ਬਾਤ ਰੱਗ ਸਾਹਿਬ ਉਹਦੇ ਆ ਧੜਕਦਾ ਥੜਕਦਾ ਅੰਦਰੋ ਅੰਦਰੀ ਤੈਨੂੰ ਹਾਲ ਸੁਣਾ ਨਾ ਸਕਿਆ ਸਮਝਾ ਸਮਝਾ ਕੇ ਥੱਕ ਗਿਆ ਰਾਗਿਬ ਤੇਰਾ ਪਿਆਰ ਭੁਲਾ ਨਾ ਸਕਿਆ ਕੀ ਬਾਤ ਰੱਗ ਸਾਹਿਬ ਚੌਧਰੀ ਸਾਹਿਬ ਅੱਜ ਉਸਤਾਦ ਤੇ ਮੈਂ ਤੇਰੇ ਕੋਲ ਆਇਆ ਕਿ ਚੌਰੀ ਸਾਹਿਬ ਨਾਲ ਗੱਪ ਸ਼ੱਪ ਹੀ ਮਾਰ ਆਉਂਦੇ ਹਾਂ ਉਸਤਾਦ ਰਾਘਵ ਕੋਲ ਨਵੀਂ ਸੀਡੀ ਦੇ ਇੱਕ ਦੋ ਸ਼ੇਰ ਹੀ ਸੁਣ ਕੇ ਆਉਂਦੇ ਹਾਂ ਬੜੀ ਗੱਲ ਹੈ ਸਦਾਮ ਬੜੀ ਗੱਲ ਹੈ ਅੱਛਾ ਕੀਤਾ ਜੀ ਬੜੀ ਮਿਹਰਬਾਨੀ ਚੌਰੀ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਹੈ ਬੜੀ ਮਿਹਰਬਾਨੀ ਉਸਤਾਦ ਜੀ ਕੋ ਇੱਕ ਦੋ ਸ਼ੇਰ ਹੋਰ ਸੁਣਾ ਦਿਓ ਮੇਰਾ ਡੋਲ ਜ਼ਮੀਨ ਅਸਮਾਨ ਦਾ ਫਰਕ ਹੈ ਤੇਰੇ ਮੇਰੇ ਸੱਜਣ ਮਿਆਰ ਵਿੱਚ ਕੀ ਬਾਤ ਹੈ ਕੀ ਬਾਤ ਰੱਖ ਸਾਹਿਬ ਭਾਵੇਂ ਮਾਸ ਗਰੀਬਾਂ ਸਾਬਿਤ ਕਰ ਕਦੀ ਦਿੱਤੀ ਹੋਵੇ ਗਾਠ ਪਿਆਰ ਔਰ ਬੰਦੇ ਕੀ ਰਹੀ ਕੰਮ ਆ ਵਹਿੰਦੇ ਨੀ ਬੁੱਲਾ ਨਾ ਰਹੀ ਸੱਜਣ ਕੁਮਾਰ ਵਿੱਚ ਕੀ ਬਾਤ ਹੈ ਰਾਘਵ ਸਾਹਿਬ ਕੀ ਬਾਤ ਔਖੇ ਬਚਦੇ ਨੀ ਰਾਗੇ ਭਰੋਸਿਆਂ ਦੇ ਜਿਹਨੂੰ ਲੜਦੇ ਨੀ ਨਾ ਬਹਾਰ ਉਸਤਾਦ ਰਾਘਵ ਤੇਰੀ ਇਹ ਸੀਡੀ ਮੌਲਾ ਇਮਾਮ ਹੁਸੈਨ ਦੇ ਸਦਕੇ ਕਾਮਯਾਬ ਹੋਏਗੀ ਮਾਰ ਕੇ ਆਮੀਨ 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 ਔਰ ਚੌਧਰੀ ਸਾਹਿਬ ਜੀ ਬਿਸਮਿਲਲਾ ਸ਼ੇਰ ਹੈ ਕਿ ਸੌਖੋ ਦਾ ਫਰਕ ਹੋਇਆ ਹਸਤੀਆਂ ਵਿੱਚ ਮੈਂ ਕੱਚ ਤੂੰ ਦੁਰ ਨਾ ਯਾਬੇ ਬਹੁਤ ਖੂਬਸੂਰਤ ਕੀ ਬਾਤ ਹੈ ਔਰ ਮੇਰੀ ਹਾਲਤ ਖਸਤਾ ਥਲ ਵਾਂਗੂ ਤੂੰ ਧਰਤੀ ਕਾਂਡ ਸ਼ਬਾਬੇ ਔਰ ਮੈਂ ਖਾਰਾਂ ਉਜੜਿਆਂ ਬਾਗਾਂ ਦਾ ਤੂੰ ਖਿੜਿਆ ਮਿਸਲ ਗੁਲਾਬੇ ਵਾਹ ਉਸਤਾਦ ਜੀ ਵਾਹ ਮੈਨੂੰ ਗੁਰਬਤ ਰਾਗਿਬ ਚੂਰ ਚਕੀਤਾ ਹੈ ਤੂੰ ਵਾਜਵੀ ਸੱਜਣ ਨਵਾਬ ਕੀ ਬਾਤ ਰਾਗਿਬ ਸਾਹਿਬ ਬਹੁਤ ਖੂਬਸੂਰਤ ਬੜੀ ਗੱਲ ਹੈ ਉਹ ਰਾਗਿਬ ਯਾਰ ਦਿਲ ਖੁਸ਼ ਕਰ ਦਿੱਤਾ ਜੀ ਉਹ ਤੂੰ ਤਾਂ ਬੜਾ ਅੱਛਾ ਹੀ ਸ਼ਾਇਰ ਬਣ ਗਿਆ ਹੈ ਉਹ ਯਾਰ ਤੂੰ ਤਾਂ ਵਾਕਈ ਸਾਡੇ ਜੰਗ ਦਾ ਮਾਣ ਹੈ ਰਾਗਿਬ ਸਾਨੂੰ ਇਜਾਜ਼ਤ ਦਿਓ ਪੀਰ ਖੁਸ਼ੀ ਮੁਹੰਮਦ ਸ਼ਾਹ ਸਾਹਿਬ ਦੇ ਦਰਬਾਰ ਤੇ ਮੇਲਾ ਉਸਤਾਦ ਹੋਰਾਂ ਮੁਸ਼ਾਹਰੇ ਤੇ ਜਾਣਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਚੌਧਰੀ ਸ਼ਮਸ਼ੇਰ ਜੇ ਬੇਗੁਨਾਹ ਇਨਸਾਨ ਦਾ ਖੂਨ ਦਿਨ ਦਿਹਾੜੇ ਸਰੇਆਮ ਬਾਜ਼ਾਰ ਵਿੱਚ ਹੁੰਦਾ ਹੈ ਮੀਡੀਆ ਵਾਲੇ ਇਸ ਗੱਲ ਨੂੰ ਲੈ ਕੇ ਸਾਡਾ ਤਮਾਸ਼ਾ ਬਣਾ ਰਹੇ ਇਸ ਸ਼ਹਿਰ ਦਾ ਡੀਐਸਪੀ ਹੋਣ ਦੇ ਨਾਤੇ ਮੈਂ ਤੁਹਾਡੇ ਕੋਲ ਪੁੱਛਦਾ ਵਾਂ ਕਿ ਇਸ ਸ਼ਹਿਰ ਵਿੱਚ ਕਾਨੂੰਨ ਦੀ ਪਾਸਦਾਰੀ ਕਿਉਂ ਨਹੀਂ ਆਉਂਦੀ ਸਜਾਵਲ ਦੇ ਖੌਫ ਤੋਂ ਤੁਹਾਡੇ ਬਾਜ਼ੂ ਖੋਖਲੇ ਹੋ ਗਏ I am sorry. ਆਖਿਰ ਕਦੋਂ ਤੱਕ ਚੌਧਰੀ ਸ਼ਮਸ਼ੇਰ ਜੈਸੇ ਇਨਸਾਨ ਦੇ ਖੂਨ ਨਾਲ ਕਦੋਂ ਤੱਕ ਇਹ ਜ਼ਮੀਨ ਲਾਲ ਹੁੰਦੀ ਰਹੇਗੀ ਕਦੋਂ ਤੱਕ ਸਾਨੂੰ ਥੋੜਾ ਟਾਈਮ ਚਾਹੀਦਾ ਇੱਕ ਨਾ ਇਹ ਅਫੀਸਰ ਕੋਲੋਂ ਇੱਕੋ ਹੀ ਜਵਾਬ ਹੁੰਦਾ ਹੈ ਕਿ ਫਲਾਂ ਗੁੰਡੇ ਦਾ ਤਲਬ ਫਲਾਂ ਗੁੰਡੇ ਨਾਲ ਸ਼ਰਮ ਦੀ ਗੱਲ ਮੈਂ ਸਮਝਣਾ ਕਿ ਤੁਹਾਡੇ ਬਸ ਦਾ ਰੋਗ ਨਹੀਂ ਇਸ ਲਈ ਮੈਂ ਸ਼ਹਿਰ ਦੀ ਦਹਿਸ਼ਤ ਨੂੰ ਮਿਟਾਉਣ ਵਾਸਤੇ ਇੱਕ ਐਸੇ ਮੁਹਾਫਿਜ਼ ਦਾ ਇੰਤਖਾਬ ਕੀਤਾ ਹੈ ਜਿਹੜਾ ਕਾਨੂੰਨ ਦੇ ਆਉਣ ਵਾਸਤੇ ਆਪਣੀ ਜਾਨ ਵੀ ਦੇ ਸਕਦਾ ਹੈ ਜਿਹੜਾ ਬੰਦੇ ਦੀ ਸ਼ਾਨ ਵਾਸਤੇ ਸਾਰੇ ਜਹਾਨ ਨਾਲ ਲੜ ਸਕਦਾ ਹੈ ਉਹ ਕੌਣ ਹੈ ਇੰਸਪੈਕਟਰ ਦਿਲਾਵਰ ਨੇਡਰ ਬਹਾਦਰ ਸ਼ਾਹਜ਼ੋਰ ਕਾਨੂੰਨ ਦਾ ਸ਼ੇਰ
कर देगा वरना कुत्ते की मौत मारा जाएगा। गिद्दर ही लगे ते गिद्दर की जो मौत आती है वो शहर वाल नसता है। तैनू कहा सी ना कि दिलावर दे इत्थों कोई नहीं बच सकता, हुण मरण लई तैयार हो जाओ। मिस्टर दिलावर वेलकम। थैंक यू सर। वेल डन मिस्टर दिलावर, वेल डन। शुक्रिया सर। खतरनाक मुजरिम के मुकाबले में अल्लाह ने तुहानू फतह बख्शी। मुकाबला बड़ा सख्त सी लेकिन मैं भी मुजरिम नू मौत सिवा किसी होर जगह ले जाण दा मौका नहीं दिता। सर मेरी ख्वाहिश है मैं जीवा इस वर्दी की इज्जत बदे मरा वर्दी पाने वाले फखर कर। तुसी तो जानते हो सर मैं रब ने बहुत कुछ दिता है, तनखा की मैं लोड़ नहीं। मैं वर्दी इस वास्ते पाई है सर इस पाक धरती के ना कोई जुर्म रहन दिया ना कोई मिले। मैंने तुहाड़े जज्बे से फखर है मिस्टर दिलावर, तुहाड़े हौसले से खिदमात के हवाले नाल मैं तुहानू एक होर खतरनाक मुजरिम की गिरफ्तारी का मिशन सौंपना। गड्डी लै के आ तेरे वास्ते, मेरा पुत्र एदे सैर करेगा है। तेरे वास्ते मैं कितने सोहने सोहने कपड़े लैके आया है। मेरी धी जो सोहने कपड़े पाती है ना मैनू बड़ी चंगी लगती है। दवाई ना तू मेरी फिक्र ना करया कर शानो, मामूली जी खांगे ठीक हो जाएगी। अब्बा तेनु तो बुखार है। बुखार धुप दे विच चल के आया ना ते इस वास्ते जिसम गर्म हो गया। अच्छा तू अपनी अदालत बंद कर ते मैं पतीली मांजना वा, कोई खान पीन दा बंदोबस्त करिए, ठीक है ना। शाबाश।
ਸਦ ਸਦਕੇ ਤੇਰੇ ਨੀ ਕਰਮਾ ਵਾਲੇ ਨੀ ਪਾਦਾ ਵਾਲੇ। ਸ਼ਾਨੋ ਸੀ ਤੂੰ ਵੱਡੀ ਸਾਰੀ ਹੋ ਗਈ ਹੈ ਜੀ ਜੋਗੀਏ, ਹੁਣ ਮਹੱਲੇ ਦੇ ਬੱਚਿਆਂ ਨਾਲ ਨਾ ਖੇਡਿਆ ਕਰ। ਤੈਨੂੰ ਵੇਖ ਕੇ ਅੱਜ ਮੈਨੂੰ ਤੇਰੀ ਮਾਂ ਦੀ ਯਾਦ ਆ ਗਈ ਹੈ, ਤੇਰੀ ਸ਼ਕਲ ਬਿਲਕੁਲ ਤੇਰੀ ਮਾਂ ਵਰਗੀ ਹੈ। ਮੈਨੂੰ ਤੇ ਪੁੱਤਰ ਦੀ ਆਸ ਸੀ। ਇਹ ਕੰਮ ਸੋਹਣੇ ਮਾਲਕ ਦਾ, ਤੇਰਾ ਕੋਈ ਕਸੂਰ ਨਹੀਂ। ਗੱਲ ਗੌਰ ਦੀ ਏ, ਇੱਕ ਧੀ ਦਾ ਬਾਬਲ ਤੇ ਮੈਂ ਵੀ ਹਾਂ। ਰੱਬ ਜਦੋਂ ਆਪਣੇ ਬੰਦਿਆਂ ਤੇ ਖਾਸ ਮਿਹਰਬਾਨ ਹੁੰਦਾ ਤੇ ਉਹਨੂੰ ਧੀ ਵਰਗੀ ਰਹਿਮਤ ਦੇ ਦਿੰਦਾ। ਉਹ ਚੱਲਿਆ, ਧੀਆਂ ਤੇ ਰੱਬ ਦੀ ਰਹਿਮਤ ਹੁੰਦੀਆਂ ਨੇ। ਇਹਨਾਂ ਨਿਮਾਣੀਆਂ ਨੂੰ ਇਹਨਾਂ ਦਾ ਹੱਕ ਦੇਣ ਵਾਸਤੇ ਰਸੂਲੇ ਪਾਕ ਆਏ। ਉਹ ਘਰ ਧੀਆਂ ਦਾ ਬੁਰਾ ਨਾ ਮਨਾ ਫਸਲੂ, ਚੱਲ ਉਹ ਟਰੱਕ ਵੀ ਲੋਡ ਕਰਨਾ, ਐਵੇਂ ਪਰੇਸ਼ਾਨ ਹੋਇਆ ਬੈਠਾ। ਆ ਜਾਓ ਚਾਚੇ ਹੀਰੇ, ਤੈਨੂੰ ਇਤਨਾ ਤੇਜ਼ ਬੁਖਾਰ ਸੀ, ਤੂੰ ਕੋਈ ਕਹਿਣ ਨਾਲ ਖੁਸ਼ ਹੀ ਨਹੀਂ ਹੋਇਆ। ਚਾਚਾ ਹੀਰਿਆ, ਤੇਜ਼ ਬੁਖਾਰ ਸੀ, ਤੂੰ ਕੰਮ ਤੇ ਕਿਉਂ ਆਇਆ? ਕੰਮ ਤੇ ਨਹੀਂ ਆਣਾ ਸੀ, ਇੰਨਾ ਤੇਜ਼ ਬੁਖਾਰ ਸੀਗਾ। ਚਲ ਆਓ ਚਲੀਏ, ਦਵਾਈ ਲੈ ਆ। ਕੋਈ ਗੱਲ ਨਹੀਂ ਪੁੱਤਰ, ਕੋਈ ਗੱਲ ਨਹੀਂ। ਬਾਬੇ ਹੀਰਿਆ, ਦੀਆਂ ਤੇ ਬਾਬਲਾਂ ਦੇ ਘਰ ਪਰਾਈਆਂ ਸਾਵਾਂ ਨੇ। ਮੈਨੂੰ ਲੱਗਦਾ ਹੀਰੇ ਦਾ ਘਰ ਕੀ ਹੋਈ। ਅੰਦਰ ਲੰਘਿਆ ਕਿਹੜਾ?
ਰਹੇ ਆ। ਕਿੱਥੇ ਗੁਆਚ ਗਿਆ ਯਾਰ ਆ ਬਹੁ ਆ ਮੁੰਡੇ ਉੱਥੇ ਰੱਖੋ ਚੀਜ਼ਾਂ ਚੁੱਕ ਕੇ ਮੇਰਾ ਯਾਰ ਆਇਆ ਨਵੀਂ ਪੁੱਤਰ ਤੂੰ ਵੀ ਬਹਿ ਜਾ ਕਿਉਂ ਖਲੋ ਗਿਆ ਬਹਿ ਜਾ ਪੁੱਤਰ ਬਹਿ ਜਾ ਹੋਰ ਸੁਣਾ ਫਿਰ ਕੀ ਹਾਲ ਚਾਲ ਓ ਠੰਡਾ ਪੈ ਗਈਆਂ ਨੇ ਬੜਾ ਪਰੇਸ਼ਾਨ ਸਾ ਯਾਰ ਅੱਛਾ ਓ ਠੰਡ ਪੈ ਗਈ ਓ ਮਾਸ਼ਾਅੱਲਾ ਬੜੀ ਦਾੜੀ ਰੱਖ ਲਈ ਓ ਯਾਰ ਦੁਨੀਆ ਤੋਂ ਪਰੇਸ਼ਾਨ ਹੋ ਕੇ ਦਾੜੀ ਰੱਖ ਲਈ ਓ ਨੌਵੀਂ ਪੁੱਤਰ ਕੋਈ ਦਾਲ ਸਾਗ ਦਾ ਬੰਦੋਬਸਤ ਕਰ ਮੇਰਾ ਯਾਰ ਆਇਆ ਕੋਈ ਟੁੱਕਰ ਸ਼ੁਕਰ ਪਕਾਓ ਯਾਰ ਓ ਨਹੀਂ ਯਾਰ ਨਹੀਂ ਮੈਨੂੰ ਰੋਕਿਆ ਸਭ ਕੰਮ ਤੋਂ ਓ ਰਹਿਣ ਦਿਓ ਮੈਂ ਨਹੀਂ ਕੁਛ ਖਾਣਾ ਪੀਣਾ ਮਿੱਠੇ ਤੋਂ ਮੈਨੂੰ ਪਰਹੇਜ਼ ਹੈ ਕਿ ਉਹ ਡਾਕਟਰ ਨੇ ਮੈਨੂੰ ਮਨਾ ਕੀਤਾ ਸਾਲਿਆਂ ਦਾ ਸਾਲਣ ਤੇ ਮੈਂ ਖਾ ਹੀ ਨਹੀਂ ਸਕਦਾ ਮੈਨੂੰ ਡਾਕਟਰਾਂ ਰੋਕ ਦੇ ਉਹ ਤੇਰਾ ਇਹ ਸਭ ਕੁਛ ਬੰਦ ਕਿਹਨੇ ਕੀਤਾ ਡਾਕਟਰ ਨੇ ਹਰ ਸ਼ਾਇਦ ਰੋਕ ਦੇ ਮੈਨੂੰ ਇਹਨਾਂ ਡਾਕਟਰਾਂ ਦੀ ਸਮਝ ਨਹੀਂ ਆਈ ਬਿਸ਼ਾਰਤ ਉਹ ਜਿਨ੍ਹਾਂ ਕੋਲੋਂ ਕੁਝ ਨਹੀਂ ਹੁੰਦਾ ਉਹਨਾਂ ਨੂੰ ਕਹਿੰਦੇ ਨੇ ਇਹ ਖਾਓ ਇਹ ਖਾਓ ਇਹ ਖਾਓ ਇਹ ਪੀਓ ਤੇ ਜਿਨ੍ਹਾਂ ਕੋਲ ਬਹੁਤ ਕੁਝ ਹੁੰਦਾ ਉਹਨਾਂ ਨੂੰ ਕਹਿੰਦੇ ਨੇ ਇਹ ਨਾ ਖਾਓ ਇਹ ਨਾ ਖਾਓ ਇਹ ਨਾ ਖਾਓ ਸਹੀ ਕਹਿਣਾ ਹੀ ਰਿਹਾ ਸਹੀ ਕਹਿਣਾ ਉਹ ਮੈਂ ਤੇ ਕਹਿੰਦਾ ਤੂੰ ਸ਼ਹਿਰ ਛੱਡ ਕੇ ਪਿੰਡ ਆ ਜਾ ਉਹ ਤੈਨੂੰ ਤਰਸਾ ਤਰਸਾ ਕੇ ਡਾਕਟਰ ਮਾਰਨਾ ਚਾਹੁੰਦੇ ਨੇ ਸ਼ੁਕਰ ਕਰੋ ਮੇਰੇ ਯਾਰ ਦੀ ਭੁੱਖ ਮਰੀ ਏ ਗੈਰਤ ਨਹੀਂ ਮਰੀ ਸ਼ੁਕਰ ਅਲਹਮਦੁਲਿਲਾ ਇੱਕ ਗੱਲ ਤੇ ਦੱਸ ਵਿਸ਼ਾਲ ਪੁੱਛ ਹੀ ਰਿਹਾ ਹਾਲਾਤ ਚੰਗੇ ਹੋ ਜਾਣ ਲੋਕੀ ਤੇ ਮਾੜੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਉਹ ਤੈਨੂੰ ਮੈਂ ਗਰੀਬ ਯਾਰ ਕਿਸ ਤਰ੍ਹਾਂ ਯਾਦ ਰਿਹਾ ਫੇਰ ਸੁਣ ਇਸ ਦੁਨੀਆਂ ਤੇ ਹਰ ਬੰਦੇ ਦੀ ਖੁਆਇਸ਼ ਹੈ ਕਿ ਉਹ ਅਮੀਰ ਬਣ ਜਾਏ ਤੇ ਬੰਦਾ ਮੇਰੇ ਵਾਂਗੂ ਕਮਾ ਕਮਾ ਕੇ ਜਦੋਂ ਨਫੇ ਨੁਕਸਾਨ ਦਾ ਹਿਸਾਬ ਕਰਦਾ ਤੇ ਉਹਨੂੰ ਪਤਾ ਲੱਗਦਾ ਉਹ ਇਸ ਕਮਾਈ ਦੇ ਵਿੱਚ ਉਹ ਆਪਣੀ ਹਯਾਤੀ ਦੀ ਸਾਰੀ ਕਮਾਈ ਗਵਾ ਬੈਠਾ ਉਹ ਮੇਰੇ ਪੱਲੇ ਕੋਈ ਗੱਲ ਨਹੀਂ ਪਈ ਮੈਨੂੰ ਤੇ ਸਮਝਾ ਕੇ ਦੱਸ ਤੇ ਫੇਰ ਸੁਣ ਹੀ ਰਿਹਾ ਪੈਸੇ ਮੇਰੇ ਕੋਲ ਬਹੁਤ ਨੇ ਸਕੂਨ ਨਹੀਂ ਯਾਰ ਰੋਟੀ ਖਾਦਿਆਂ ਨਹੀਂ ਮੁੱਕਦੀ ਪਰ ਭੁੱਖ ਨਹੀਂ ਔਲਾਦ ਮੇਰੇ ਹੱਥੋਂ ਨਿਕਲ ਗਈ ਤੇ ਬੀਵੀ ਬੱਚਿਆਂ ਦੀ ਮਾਂ ਨਹੀਂ ਰਹੀ ਯਾਰ ਨਮਾਇਸ਼ਾਂ ਤੇ ਮੀਨਾ ਬਾਜ਼ਾਰਾਂ ਦੀ ਸ਼ਾਮ ਬਣ ਗਈ ਹੈ ਆਪਣੇ ਘਰ ਦਾ ਹਾਲ ਸੁਣਾ ਕੇ ਸਾਡੇ ਕੋਲੋਂ ਕੀ ਚਾਹੁੰਦਾ ਹੈ ਤੂੰ ਮੈਨੂੰ ਅੱਲਾ ਵਾਸਤੇ ਆਪਣੀ ਧੀ ਦੇ ਦੇ ਯਾਰ ਤੇਰੇ ਵਿਹੜੇ ਦੇ ਨਸੀਬ ਨੂੰ ਆਪਣੀ ਕੋਠੀ ਵਿੱਚ ਲਾਉਣਾ ਚਾਹੁੰਦਾ ਮੈਂ ਬਾਨੂ ਧੀ ਨੂੰ ਆਪਣੀ ਨੂੰਹ ਬਣਾਉਣਾ ਚਾਹੁੰਦਾ ਯਾਰ ਆਪਣੀ ਯਾਰ ਦੀਆਂ ਅੱਖੀਆਂ ਦਾ ਨੂਰ ਲੈ ਕੇ ਮੈਂ ਜਾ ਰਿਹਾ ਵਾਂ ਇਸ ਚਾਨਣ ਦੀ ਹਿਫਾਜ਼ਤ ਮੇਰੀ ਜ਼ਿੰਮੇਵਾਰੀ ਹੋ ਅਸੀਂ ਸਾਗ ਖਾਣ ਵਾਲੇ ਤੁਸੀਂ ਸਲਾਦ ਖਾਣ ਵਾਲੇ ਉਹ ਬਿਸ਼ਾਰਤ ਸਾਡੀ ਸਿੱਧੀ ਸਾਦੀ ਧੀ ਨੂੰ ਤੁਹਾਡਾ ਘਰ ਰਾਸ ਆ ਜਾਏਗਾ ਉਹ ਸਾਡੇ ਪੜੋਲੇ ਵਿੱਚ ਭਾਵੇਂ ਲੱਭ ਆਟੇ ਦੀ ਹੋਵੇ ਅਸੀਂ ਬੂਹੇ ਤੋਂ ਕਦੀ ਫਕੀਰ ਖਾਲੀ ਹੱਥ ਨਹੀਂ ਜਾਣ ਦਿੱਤਾ ਤੂੰ ਤੇ ਮੇਰਾ ਯਾਰ ਹੈ ਤੁਹਾਡੇ ਘਰ ਵਾਲੇ ਉਹਨੂੰ ਕਬੂਲ ਕਰ ਲੈਣਗੇ ਮੈਂ ਆਪਣੇ ਘਰ ਵਾਲਿਆਂ ਨਾਲ ਰਸਮੀ ਤੌਰ ਤੇ ਗੱਲ ਕਰ ਲੈਣਾ ਇਹ ਤਾਂ ਬੜਾ ਹੀ ਚੰਗਾ ਕੀਤਾ ਹੀ ਜਿਹੜਾ ਫੇਰਾ ਮਾਰਿਆ ਗਰੀਬਾਂ ਦੇ ਘਰ ਮੇਰਾ ਤਾਂ ਠੰਡ ਪੈ ਗਈ ਹੈ ਮੈਂ ਤੇ ਹੈਰਾ ਹੋ ਗਈ ਡਾਰਲਿੰਗ ਜਿਹਨੂੰ ਰਿਸ਼ਤੇ ਦੀ ਜ਼ੁਬਾਨ ਦੇ ਕੇ ਆਏ ਹੋ ਆਖਿਰ ਉਹ ਹੈ ਕੌਣ ਹੀਰਾ ਮੇਰੇ ਜ਼ਿੰਦਗੀ ਦਾ ਸਾਥੀ ਤੇ ਮੇਰੇ ਬਚਪਨ ਦਾ ਯਾਰ ਡੈਡੀ ਉਹ ਸਰਮਾਇਆਦਾਰ ਕਿੰਨਾ ਹੈ ਬੇਟਾ ਇਹ ਸਵਾਲ ਕਰ ਕਿ ਉਹ ਇਮਾਨਦਾਰ ਕਿੰਨਾ ਪਰ ਡੈਡੀ ਉਹਨਾਂ ਦੀ ਜ਼ਮੀਨ ਕਿੰਨੀ ਹੈ ਇਹ ਪੁੱਛ ਕਿ ਉਹਦੀ ਟੀਮ ਤਮੀਜ਼ ਕਿੰਨੀ ਉਹ ਕਿਸ
ਇਸ ਸ਼ਹਿਰ 'ਚ ਰਹਿੰਦੇ ਨੇ। ਉਹ ਗੁਦੜੀ ਦਾ ਲਾਲ ਇੱਕ ਪਿੰਡ ਵਿੱਚ ਰਹਿੰਦੇ ਨੇ। ਪਰ ਤੁਸੀਂ ਆਪਣੇ ਪੁੱਤਰ ਦਾ ਵਿਆਹ ਇੱਕ ਪਿੰਡ 'ਚ ਕਰੋਗੇ? ਪਿੰਡ ਨਾਲ ਨਫ਼ਰਤ ਨਾ ਕਰ ਬੇਗਮ। ਸਾਡਾ ਹਸਬ ਪਿੰਡ ਸਾਡਾ ਨਸਬ ਪਿੰਡ, ਸਾਡੀ ਅਕਲ ਪਿੰਡ ਸਾਡੀ ਨਸਲ ਪਿੰਡ। ਓਏ ਸ਼ਹਿਰ ਹੀ ਚਾਹ ਕੇ ਅਸੀਂ ਆਪਣਾ ਸ਼ਜਰਾ ਹੀ ਗਵਾ ਬੈਠੇ। ਸੌਰੀ ਡੈਡੀ, ਮੈਂ ਉੱਥੇ ਸ਼ਾਦੀ ਨਹੀਂ ਕਰਾਂਗਾ। ਤੈਨੂੰ ਇਹ ਸ਼ਾਦੀ ਕਰਨੀ ਪੈ ਗਈ। ਡੈਡੀ, ਮੇਰੇ ਇਸ ਘਰ 'ਚ ਹਸੀਅਤ ਕੀ ਹੈ? ਇਸ ਘਰ ਦੇ ਜਾਨਸ਼ੀਨ ਦੀ ਮੈਨੂੰ ਸਹੂਲਤਾਂ ਕੀ ਨੇ ਜਿਹੜੀਆਂ ਇੱਕ ਅਮੀਰਜ਼ਾਦੇ ਨੂੰ ਹੁੰਦੀਆਂ ਨੇ? ਸਾਰੀਆਂ ਸਹੂਲਤਾਂ ਦੇ ਬਦਲੇ ਮੇਰੀ ਆਜ਼ਾਦੀ ਖੋਣਾ ਚਾਹੁੰਦੇ ਨੇ। ਮੈਂ ਤੈਨੂੰ ਅਹਿਸਾਸ ਦਿਵਾਉਣਾ ਚਾਹੁੰਦਾ ਵਾਂ ਕਿ ਮੈਂ ਤੇਰਾ ਬਾਪ ਹਾਂ, ਤੂੰ ਮੇਰਾ ਬਾਪ ਨਹੀਂ। ਸਾਖੀਆਂ ਦਾ ਸਹਾਰਾ ਨਹੀਂ ਲਵਾਂਗਾ, ਮੈਂ ਆਪਣੇ ਪੈਰਾਂ ਤੇ ਖਲੋਵਾਂਗਾ, ਮੈਂ ਘਰ ਛੱਡ ਕੇ ਚਲਾ ਜਾਵਾਂਗਾ। ਮੈਂ ਤੈਨੂੰ ਆਪਣੀ ਸਾਰੀ ਜਾਇਦਾਦ ਤੋਂ ਆਗ ਕਰ ਦਿਆਂਗਾ। ਤੂੰ ਚੱਲੇ? ਆਹੋ, ਡੈਡੀ ਨੇ ਮੇਰਾ ਦਿਲ ਤੋੜਿਆ। ਪਰ ਤੂੰ ਜਾਏਗਾ ਕਿੱਥੇ? ਆਪਣੇ ਕਿਸੇ ਦੋਸਤ ਦੇ ਘਰ। ਨਹੀਂ ਇਮਰਾਨ, ਅਖਬਾਰ ਵਿੱਚ ਆਖ ਦੀ ਖਬਰ ਆ ਜਾਵੇ ਤੇ ਦੁਕਾਨਦਾਰ ਉਧਾਰ ਹੀ ਨਹੀਂ ਦਿੰਦੇ ਤੇ ਦੋਸਤ ਸਹਾਰਾ ਵੀ ਨਹੀਂ ਦਿੰਦੇ। ਤੈਨੂੰ ਤੇ ਸਿਰਫ ਗੱਦਿਆਂ ਤੇ ਸੋਨਾ ਆਉਂਦਾ, ਤੈਨੂੰ ਇੱਕ ਰੁਪਈਆ ਵੀ ਕਮਾਉਣ ਦਾ ਵੱਲ ਨਹੀਂ, ਸਿਰਫ ਪਿਓ ਦੀ ਕਮਾਈ ਖਰਚਣ ਦਾ ਵੱਲ ਏ। ਤੂੰ ਆਪਣੇ ਡੈਡੀ ਨਾਲ ਮੱਥਾ ਨਾ ਲਾ, ਬਲਕਿ ਜਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾ। ਜਦੋਂ ਤੱਕ ਉਹ ਜਿਉਂਦੇ ਨੇ, ਸਾਨੂੰ ਉਹਨਾਂ ਨਾਲ ਬਣਾ ਕੇ ਰੱਖਣੀ ਪੈਣੀ ਹੈ, ਇਸ ਲਈ ਕਿ ਬੈਂਕ ਅਕਾਊਂਟ ਉਹਨਾਂ ਦੇ ਤੇ ਚੈੱਕ ਤੇ ਸਾਈਨ ਵੀ ਉਹਨਾਂ ਦੇ ਨਾਮ ਦੇ। ਵੇ ਪਾਗਲਾ, ਸਮਝਿਆ ਵੀ ਕਰ ਗੱਲ ਨੂੰ। ਤੁਹਾਡੇ ਕਹਿਣ ਦਾ ਮਤਲਬ ਏ ਮੈਂ ਇੱਕ ਜਹਿਲ ਗਵਾਰ ਨੂੰ ਆਪਣੀ ਬੀਵੀ ਬਣਾ ਕੇ ਇਸ ਘਰ ਲਾਇਆ ਵਾਂ? ਉਹ ਇੱਕ ਵਾਰੀ ਉਹਨੂੰ ਲੈ ਕੇ ਤੇ ਆ, ਅਸੀਂ ਉਹਨੂੰ ਵੇਖ ਲਾਂਗੇ। ਸ਼ਰਾਬ ਛੱਡ ਦਿਓ ਵੀ ਛੱਡ ਦਿੱਤੀ। ਤੂੰ ਕਹਿੰਦਾ ਸੀ ਨਾ ਕੋਠੇ ਤੇ ਜਾਣਾ ਛੱਡ ਦਿਓ, ਉਹ ਵੀ ਛੱਡ ਦਿੱਤਾ। ਇਹ ਤੇ ਚੰਗੀ ਗੱਲ ਏ, ਕਿਹਦੀਆਂ ਮੰਨੀਆਂ ਜੇ? ਉਹਦਾ ਆਦਾ ਪਤਾ ਤੇ ਦੱਸੋ। ਉਹ ਇਹ ਤਾਂ ਪਤਾ ਤਾਂ ਸਾਨੂੰ ਹੀ ਨਹੀਂ ਪਤਾ, ਬਸ ਇੰਨਾ ਸਮਝ ਲਾਏ ਜਦੋਂ ਦੀ ਵੇਖੀਏ ਦਿਲ ਚ ਵਸ ਗਈਏ ਦਿਲ ਚ। ਅਸੀਂ ਤੇ ਭੁੱਲੀ ਪੈ ਗਏ। ਇਹੋ ਜਿਹਾ ਹੁਸਨ ਤਾਂ ਪਹਿਲੇ ਕਦੀ ਨਹੀਂ ਸੀ ਵੇਖਿਆ, ਬਸ ਇੰਨਾ ਸਮਝ ਲਾਇਆ ਛੂ ਉਹ ਸੁੱਚਾ ਮੋਤੀ ਏ, ਸੁੱਚਾ ਮੋਤੀ। ਜ਼ੁਲਫੋ ਦੀ ਲਾਟ ਵਰਗੀ, ਗੁਲਾਬ ਦੀ ਮੂੰਹ ਮਿੱਠੀ ਕਲੀ ਏ। ਜਾਣਦਾ ਹੀ ਪਾ ਗਿਆ, ਪੁੱਛਣਾ ਹੀ ਪਵੇਗਾ ਇਹ ਕੁੜੀ ਕੌਣ ਹੈ। ਡੈਡ, ਗਿਆ ਨਹੀਂ? ਮੈਂ ਪ੍ਰੋਗਰਾਮ ਕੈਂਸਲ ਕਰ ਦਿੱਤਾ ਹੈ। ਇੱਥੇ ਰਹਿਣ ਦੀ ਸ਼ਰਤ ਹੈ ਕਿ ਤੈਨੂੰ ਸ਼ਾਦੀ ਕਰਨੀ ਪਏਗੀ। ਮੈਂ ਰਾਜ਼ੀ ਹਾਂ ਡੈਡ। ਦੀਦੀ ਸ਼ਾਦੀ ਨੇ ਤੈਨੂੰ ਰੱਖ ਦਿੱਤੇ ਨੀ? ਓਹੀ ਦੱਸਣ ਆਇਆ ਚੌਰੀ ਸਾਹਿਬ ਤੁਹਾਨੂੰ। ਇਹ ਜਿਹੜੀ ਹੁਣ ਇਤਵਾਰ ਆ ਰਹੀ ਹੈ ਜੀ, ਇਸ ਇਤਵਾਰ ਨੂੰ ਮੇਰੀ ਧੀ ਦੀ ਮਾੜੀ ਦੀ ਬਰਾਤ ਆ ਤੇ ਤੁਹਾਨੂੰ ਸਪੈਸ਼ਲ
ਦਾਵਤ ਦੇ ਚੌਧਰੀ ਸਾਹਿਬ ਕਿ ਤੁਸੀਂ ਤੇ ਤੁਹਾਡਾ ਪੁੱਤਰ ਕਾਲ ਤੁਸੀਂ ਮੇਰੀਆਂ ਖੁਸ਼ੀਆਂ ਸ਼ਰੀਕ ਹੋਵੋਗੇ ਤੇ ਮੇਰਾ ਸਿਰ ਫਖਰ ਨਾਲ ਉੱਚਾ ਹੋ ਜਾਏਗਾ। ਅਸੀਂ ਜ਼ਰੂਰ ਆਵਾਂਗੇ ਹੀਰਿਆ, ਤੇਰੀ ਧੀ ਨਹੀਂ ਪੂਰੇ ਪਿੰਡ ਦੀ ਧੀ ਹੈ, ਅਸੀਂ ਜ਼ਰੂਰ ਆਵਾਂਗੇ। ਤੁਹਾਡੀ ਬੜੀ ਮਿਹਰਬਾਨੀ ਚੌਧਰ ਸਾਹਿਬ, ਬੜੀ ਬੜੀ ਮਿਹਰਬਾਨੀ, ਅੱਲਾ ਤੁਹਾਨੂੰ ਖੁਸ਼ ਰੱਖੇ। ਅੱਛਾ ਜੀ ਚੌਧਰ ਸਾਹਿਬ, ਅਗਲੀ ਦੁਆ ਨਹੀਂ ਭੁੱਲਣੀ। ਬਾਬੇ ਹੀਰਿਆ, ਮੌਲਵੀ ਸਾਹਿਬ ਨੂੰ ਪਾ ਬਹੁਤ ਕਰ ਲਿਆ ਜੀ? ਮੈਂ ਗਿਆ ਮੌਲਵੀ ਸਾਹਿਬ ਕੋਲ। ਅੱਛਾ, ਹਾਂ ਉਹ ਕਹਿੰਦੇ ਸਰ ਮੈਂ ਨਮਾਜ਼ ਪੜ੍ਹ ਕੇ ਆ ਜਾਵਾਂਗਾ। ਠੀਕ, ਉੱਧਰ ਆਪਣੇ ਚੌਧਰੀ ਸਾਹਿਬ ਨੇ ਨਾ, ਚੌਧਰੀ ਰਿਆਜ਼ ਅਲੀ, ਠੀਕ ਹੈ, ਉਹ ਬਾਹਰ ਆਏ ਬੈਠੇ ਨੇ। ਅੱਛਾ, ਤੇ ਨਾਲ ਉਹਨਾਂ ਦਾ ਪੁੱਤਰ ਕਾਲੂ ਵੀ ਹੈ। ਅੱਛਾ, ਉਹਨਾਂ ਨੂੰ ਪੁੱਤਰ ਪਾਣੀ ਸ਼ਾਨੀ ਪਿਆ ਹੈ। ਠੀਕ ਹੈ, ਉਹਨਾਂ ਦੀ ਵੀ ਬੜੀ ਮਿਹਰਬਾਨੀ ਹੈ, ਬੜੀਆਂ ਕਾਵਿਸ਼ਾਂ ਨੇ ਉਹਨਾਂ ਦੀਆਂ। ਠੀਕ ਹੈ, ਜਾ ਮੇਰਾ ਪੁੱਤਰ ਸ਼ਾਹ। ਕਿੰਨਾ ਰੂਪ ਚੜਿਆ ਮੇਰੀ ਧੀ ਨੂੰ, ਧੀਏ ਇਸ ਘਰੋਂ ਤੇਰੀ ਡੋਲੀ ਚੱਲੀ ਹੈ ਤੇ ਉਸ ਘਰੋਂ ਤੇਰਾ ਜਨਾਜ਼ਾ ਨਿਕਲਣਾ ਚਾਹੀਦਾ। ਤੇਰੇ ਬਾਬਰ ਨੇ ਤੈਨੂੰ ਲੱਖਾਂ ਦਾ ਦਾਜ ਤੇ ਨਹੀਂ ਦਿੱਤਾ, ਪਰ ਇਸ ਗੱਲ ਦਾ ਮੇਰਾ ਨਾ ਨਹੀਂ ਧੀਏ। ਸਹੁਰੇ ਜਾ ਕੇ ਧੀਏ ਹੱਥਾਂ ਦੀ ਮਹਿੰਦੀ, ਮੱਥੇ ਦਾ ਟਿੱਕਾ ਤੇ ਬਾਬਲ ਦੀ ਪੱਗ ਦਾ ਖਿਆਲ ਰੱਖੀ, ਇਹਨਾਂ ਵਿੱਚੋਂ ਇੱਕ ਵੀ ਆਪਣੇ ਥਾਂ ਤੋਂ ਹਟੇ ਤੇ ਮਰ ਧੀਆਂ ਦੇ ਮਾਪੇ ਜਾਂਦੇ ਨੇ। ਹੀਰਿਆ, ਉਹ ਬਾਨੋ ਦੇ ਨੂੰ ਟੁਰਨ ਦਾ ਕਹਿ ਰਹੇ ਨੇ।
साहब, मेरी धी बड़ी भोली पाली है, इनू निमाणी नू ते बोलना भी नहीं आता चल साहब, इहदा ख्याल रखना चल साहब। हीरिया वो मेरी धी है। ਇਹ ਹੱਕ ਤੈਨੂੰ ਕਿਹਨੇ ਦਿੱਤਾ ਹੈ? ਮੇਰੇ ਨਸੀਬ ਨੇ। ਤੈਨੂੰ ਪਤਾ ਕਿ ਤੂੰ ਮੇਰੀ ਪਸੰਦ ਨਹੀਂ। ਸ਼ੋਹਰਾਂ ਨੂੰ ਕਈ ਬੀਵੀਆਂ ਚੰਗੀਆਂ ਨਹੀਂ ਲੱਗਦੀਆਂ, ਫਿਰ ਵੀ ਉਹਨਾਂ ਦਾ ਇਹਤਰਾਮ ਕਰਦੀਆਂ ਨੇ। ਜੇ ਮੈਂ ਪਸੰਦ ਨਹੀਂ ਸਾਂ ਤੇ ਸ਼ਾਦੀ ਲਈ ਹਾਂ ਕਿਉਂ ਕੀਤੀ ਸੀ? ਮੈਨੂੰ ਸ਼ਾਦੀ ਲਈ ਘਰੋਂ ਕੱਢਣ ਦੀ ਧਮਕੀ ਦਿੱਤੀ ਗਈ ਸੀ, ਮੈਨੂੰ ਮਨਾਇਆ ਗਿਆ ਸੀ, ਮਜਬੂਰ ਕੀਤਾ ਗਿਆ ਸੀ। ਤੁਸੀਂ ਕਿਸ ਕਿਸਮ ਦੀ ਬੀਵੀ ਚਾਹੁੰਦੇ ਹੋ? ਪੜ੍ਹੀ ਲਿਖੀ, ਫੈਸ਼ਨੇਬਲ, ਮਾਡਰਨ। ਮੈਂ ਕਿਸੇ ਨਾਲ ਤਾਰਫ ਕਰਾਵਾਂ ਮੈਨੂੰ ਫਖਰ ਮਹਿਸੂਸ ਹੋਵੇ, ਮੈਂ ਇਸ ਖੁਸ਼ਬੂ ਦਾ ਖਰੀਦਦਾਰ ਨਹੀਂ। ਸਲਾਮ ਚੌਧਰੀ ਸਾਹਿਬ। ਵਾਲੇਕੁਮ ਅਸਲਾਮ। ਮੈਡਮ ਸ਼ਾਇਦਾ ਆ ਬੈਠ। ਮੈਡਮ ਸ਼ਾਇਦਾ, ਤੂੰ ਸੀ ਆਈ ਡੀ ਪੁਲਿਸ ਦੀ ਜ਼ਿੰਮੇਦਾਰ ਅਫਸਰ ਹੈ ਅਤੇ ਤੈਨੂੰ ਪਤਾ ਹੈ ਸਜਾਵਲਨ ਨੇ ਜਾਇਦਾਦ ਦੀ ਖਾਤਰ ਮੇਰੇ ਪਿਓ ਨੂੰ ਕਤਲ ਕਰ ਦਿੱਤਾ ਸੀ। ਸਜਾਵਲ ਕਿੱਥੇ ਨਸੇ ਹੋਇਆ ਅਤੇ ਤੂੰ ਖੁਫੀਆ ਪੁਲਿਸ 'ਚ ਹੈ, ਤੈਨੂੰ ਉਹਦੇ ਆਉਣ ਜਾਣ ਦੀ ਖਬਰ ਹੋਣੀ ਚਾਹੀਦੀ ਹੈ। ਚੌਧਰੀ ਸਾਹਿਬ ਤੁਸੀਂ ਫਿਕਰ ਨਾ ਕਰੋ, ਸਜਾਵਲ ਜ਼ਰੂਰ ਫੜਿਆ ਜਾਏਗਾ। ਚੌਧਰੀ ਸਾਹਿਬ, ਚੌਧਰੀ ਸਾਹਿਬ, ਸਜਾਵਲ ਦਾ ਪਤਾ ਚੱਲ ਗਿਆ ਨੇ। ਜ਼ੁਲਫੀ ਉਹ ਕਿੱਥੇ ਵੇ? ਸਜਾਵਲ ਮਾਖੇ ਜੱਟ ਦੇ ਖੇਤਾਂ ਦੇ ਵਿੱਚ ਲੁਕੇ ਹੋਇਆ। ਮੈਡਮ ਸ਼ਾਇਦਾ, ਜ਼ੁਲਫੀ ਨੂੰ ਨਾਲ ਲੈ ਕੇ ਜਾ, ਜਾ ਕੇ ਇੰਸਪੈਕਟਰ ਦਿਲਾਵਰ ਨੂੰ ਇਤਲਾਹ ਕਰ। ਠੀਕ ਹੈ ਚੌਧਰੀ ਸਾਹਿਬ, ਮੈਂ ਹੁਣੇ ਜਾ ਕੇ ਇੰਸਪੈਕਟਰ ਨੂੰ ਇਤਲਾਹ ਕਰਨੀ। ਜ਼ੁਲਫੀ ਤੂੰ ਚੰਗੀ ਨਹੀਂ ਕੀਤੀ, ਸਜਾਵਲ ਦੀ ਮੁਖਬਰੀ ਕਰ ਦੇ, ਤੈਨੂੰ ਉਹ ਜਾਨੋਂ ਮਾਰ ਦੇਗਾ। ਮੈਡਮ, ਮੈਂ ਉਹਦੀ ਮੁਖਬਰੀ ਕਰਕੇ ਚੰਗਾ ਕੀਤਾ। ਸਜਾਵਲ ਬਹੁਤ ਜ਼ਾਲਮ ਇਨਸਾਨ ਹੈ, ਉਹਨੇ ਜਾਇਦਾਦ ਦੀ ਖਾਤਰ ਆਪਣੇ ਭਰਾ ਨੂੰ ਕਤਲ ਕਰਾ ਦਿੱਤਾ। ਰੱਬ ਸੋਹਣਾ ਇਨਸਾਫ਼ ਕਰੇ ਸੀ, ਉਹ ਜ਼ਰੂਰ ਫੜਿਆ ਜਾ ਸੀ। ਅੱਲਾ ਤੇਰੀ ਜ਼ਬਾਨ ਮੁਬਾਰਕ ਕਰੇ।
रुक जाओ सजावल। ਦਾ ਹੋਰ ਕੋਈ ਰਸਤਾ ਨਹੀਂ ਸਜਾਵਲ ਚੱਲ ਗੱਡੀ ਚ ਬਹਿ ਸਫਾਇਆ ਪਰ ਮੈਂ ਜਿੱਥੇ ਜਾਵਾਂ ਪਰ ਸਫਾਇਆ ਕਰ ਦੇਣਾ ਥਾਣੇਦਾਰ ਪੁੱਤਰਾ ਤੇਰੇ ਤੇ ਬੜੇ ਫਖਰ ਨੇ ਬੜੇ ਨਾਸ ਨੇ ਅਖਬਾਰਾਂ ਤੇਰੀਆਂ ਧੁੰਮਾਂ ਔਰ ਟੀਵੀ ਦੇ ਵਿੱਚ ਤੇਰੀਆਂ ਧੁੰਮਾਂ ਬਲਕਿ ਸਾਰੇ ਪਾਕਿਸਤਾਨ ਵਿੱਚ ਤੇਰੀਆਂ ਧੁੰਮਾਂ ਮੇਰੀ ਦਵਾਈਆਂ ਦੇ ਖਿਆਲ ਕਰੇ ਕਿਉਂਕਿ ਬੜੀ ਕੀਮਤੀ ਪਤਾ ਨੀ ਕੀ ਹੋ ਜਾਂਦਾ ਮੈਨੂੰ। ਅੱਛਾ ਹੋਰ ਸੁਣਾ ਪੁੱਤਰਾ ਕੀ ਹਾਲ ਹੈ ਤੇਰਾ ਕੈਸੇ ਤੇਰੇ ਗੁਜ਼ਰਨ ਤੇਰੇ ਚੌਧਰੀ ਸਾਹਿਬ ਕੀ ਹਾਲ ਹੈ? ਮੈਂ ਤੁਹਾਡੇ ਵਾਸਤੇ ਮਿਠਾਈ ਦਾ ਡੱਬਾ ਲੈ ਕੇ ਆਇਆ। ਉਹ ਬਿਸਮਿਲ੍ਲਾ ਕੋਈ ਗੱਲ ਨੀ, ਮਿਠਾਈ ਤੁਸੀਂ ਨਹੀਂ ਲੈਂਦੇ ਕਿਉਂਕਿ ਤੁਹਾਡੀ ਮਿਠਾਈ ਹੋ ਗਈ। ਚਲੋ ਲੈ ਲੈਂਦੇ ਹਾਂ ਪੁੱਤਰਾ ਅਜਾਦ ਚੌਧਰੀ ਵਾਸਤੇ ਬਤਾਸਿਆਂ ਦੇ ਵਿੱਚ ਚਾਹ ਤੇ ਚਾਹ ਦੇ ਵਿੱਚ ਦੁੱਧ ਲਗਾ ਕੇ ਆ ਮੇਲਵਾ। ਤੁਹਾਡੀ ਬੜੀ ਮਿਹਰਬਾਨੀ ਹਕੀਮ ਸਾਹਿਬ, ਤੇਰੇ ਥਾਣੇਦਾਰ ਪੁੱਤਰ ਨੇ ਜਿਹੜਾ ਕਾਰਨਾਮਾ ਸਰ ਅੰਜਾਮ ਦਿੱਤਾ ਮੇਰਾ ਦਿਲ ਖੁਸ਼ ਕਰ ਦਿੱਤਾ ਸੀ। ਉਸ ਸਜਾਵਲੇ ਨੇ ਮੇਰੇ ਪਿਓ ਨੂੰ ਕਤਲ ਕੀਤਾ ਸੀ ਤੇ ਤੇਰੇ ਪੁੱਤਰ ਨੇ ਉਹਨੂੰ ਫੜ ਲਿਆ। ਮੇਰੇ ਥਾਣੇਦਾਰ ਪੁੱਤਰਾ ਉਹ ਚੌਧਰੀ ਨੂੰ ਸਲਾਮ ਕਰ। ਜਿੰਦਰ ਆ ਪੁੱਤਰਾ, ਮੈਂ ਤੇਰੇ ਤੇ ਬੜਾ ਖੁਸ਼ ਹਾਂ। ਚੌਧਰੀ ਸਾਹਿਬ, ਮੈਂ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ, ਇਹ ਤਾਂ ਮੇਰਾ ਫਰਜ਼। ਚੌਧਰੀ ਸਾਹਿਬ ਹੁਣ ਦੱਸੋ ਉਹ ਮੈਂ ਤੁਹਾਡੇ ਵਾਸਤੇ ਕੀ ਲਾਇਆ ਵਾਂ? ਉਹ ਸੇਬਾ ਦਾ ਮੁਰੱਬਾ ਜਾਂ ਹਰੀਨਾ ਦਾ ਮੁਰੱਬਾ ਜਾਂ ਕੌਣ ਤੁਮਿਆਂ ਦਾ ਮੁਰੱਬਾ ਜਾਂ ਦੋ ਦਾ ਹਾਲ ਠੀਕ ਹੈ ਭਰੀ ਆ। ਬੜੀ ਮਿਹਰਬਾਨੀ ਹਕੀਮ ਸਾਹਿਬ, ਤੁਹਾਡੀ ਬੜੀ ਮਿਹਰਬਾਨੀ। ਸ਼ੁਕਰੀਆ ਸ਼ੁਕਰੀਆ ਪੁੱਤਰ ਦੀ ਲਾਵਰ, ਸਜਾਵਲ ਨੂੰ ਪਕੜਨ ਲੱਗਿਆ ਬੜੇ ਪੁਲਿਸ ਮੁਕਾਬਲੇ ਹੋਏ ਉਹਨਾਂ ਨੇ। ਨਹੀਂ ਚਾਹੁੰਦੇ ਸਾਹਿਬ,
ਮੇਰਾ ਨਾਂ ਹਕੀਮ ਸਫਾਇਆ ਹੈ। ਮੈਂ ਜਿੱਥੇ ਜਾਵਾਂ ਸਫਾਇਆ ਕਰ ਦਿੰਦਾ। ਉਹ ਮੇਰੀ ਹਿਕਮਤ ਦੀਆਂ ਗੱਲਾਂ ਪੁੱਛਣੀਆਂ ਨੇ ਤੇ ਪੂਰੇ ਸ਼ਹਿਰ ਕੋਲ ਪੁੱਛੋ। ਯਾ ਕਬਰਸਤਾਨ ਤੋਂ ਅਗਲੇ ਕਬਰਸਤਾਨ ਕੀ ਹੱਦ ਤੱਕ ਪਰ ਮੇਰੀ ਹਿਕਮਤ ਪੁੱਛੋ। ਉਹ ਅੱਗੇ ਦੇਖੋ ਬਾਈ ਕਿਆ ਆਇਆ ਮਨ ਤਰਾ ਕਬਰਾਂ ਇੱਥੇ ਆਇਆ ਨਾਲ ਤੇ ਅੱਲਾ ਦਾ ਕਰਮ 2 ਮਹੀਨੇ ਹੋ ਗਏ ਇੱਥੇ। ਹੁਣ 500 ਕਬਰ ਬਣ ਗਈ। ਅੱਲਾ ਦਾ ਬੜਾ ਕਰਮ। ਹੁਣ ਹਕੀਮ ਕਿਤਨਾ ਮਸ਼ਹੂਰ ਹੈ। ਅਵੇ ਤਾਂ ਕੋਈ ਮਰੀਜ਼ ਆਵੇ ਤੇ ਉਹਨੂੰ ਮੈਂ ਟੀਕਾ ਲਾਵਾਂ ਉਹ ਸਾਰੀ ਜ਼ਿੰਦਗੀ ਉੱਠੀਦਾ ਰਹੇ। ਜੇ ਉੱਠੀ ਜਾਵੇ ਤਾਂ ਤੋੜ ਨਹੀਂ ਸਕਦਾ। ਜੀ ਸ਼ਹਿਰ ਤੁਹਾਡੀ ਹਿਕਮਤ ਦੇ ਬੜੇ ਚਰਚੇ ਨੇ। ਹਾਂ ਉਹ ਮੇਰੇ ਵਾਲੇ ਨੂੰ ਜਗ ਜਾਣਦਾ। ਕੱਲ ਬੀਬੀ ਸਾਹਿਬ ਵੀ ਪੁੱਛ ਰਹੇ ਸਨ। ਬੀਬੀ ਮੈਨੂੰ ਕਿਤਾ ਫਦਾਓ ਤਾਂ ਨਹੀਂ ਹੋ। ਅੱਬਾ ਜੀ ਉਹ ਤੁਹਾਨੂੰ ਇਨਾਮ ਦੇਣਾ ਚਾਹੁੰਦੇ ਨੇ। ਉਹ ਮੇਰੇ ਪੁੱਤਰਾ ਭਾਈ ਇਨਾਮ ਇਹਦਾ ਵਿਸ਼ਾਇ ਦਾ ਡੱਬਾ ਹੀ ਬੜਾ ਜੀ। ਉਹ ਮੈਂ ਪਚਾ ਜਾਵਾਂ ਤਾਂ। ਅੱਛਾ ਕੀਮ ਸਾਹਿਬ ਬੜੀ ਬੜੀ ਮਿਹਰਬਾਨੀ। ਅੱਛਾ ਚੌਧਰੀ ਸਾਹਿਬ ਬੜੀ ਮਿਹਰਬਾਨੀ। ਅੱਛਾ ਪੁੱਤਰਾ ਸ਼ੁਕਰੀਆ ਜਨਾਬ। ਮੇਰੇ ਸ਼ਹਿਰ ਪੁੱਤਰਾ ਤੇਰੀ ਮਾਂ ਕਹਿ ਰੱਖਦਾ ਪਤਾ ਉਹਦੇ ਨਸੀਬ ਬੱਚੇ ਕੋਈ ਨਾ। ਚਲੋ ਉਹਨਾਂ ਦੇ ਬੰਦੇ ਆਪਣੀ ਜਗੀਰ ਤੂੰ ਬਾਹਰ ਨਹੀਂ ਜਾਣਗੇ। ਸ਼ੁਕਰ ਹੈ ਮੇਰੇ ਰੱਬਾ। ਨਾਲੇ ਉਹਨੇ ਇਹ ਵੀ ਕਿਹਾ ਜਿੰਨਾ ਛੇਤੀ ਹੋ ਸਕੇ ਉਹਦਾ ਵਿਆਹ ਕਰ ਦਿਓ। ਤੇਰੇ ਮੂੰਹ ਇਹ ਗਿਓ ਸ਼ੱਕਰ। ਓਏ ਚਾਹ ਤਾਂ ਅਸੀਂ ਕਦੋਂ ਦਾ ਦਿੱਲੇ ਲੈ ਕੇ ਬੈਠੇ ਹਾਂ। ਕੋਈ ਕਰਮਾ ਵਾਲੀ ਆਵੇ ਇਸ ਵਿਹੜੇ ਦੇ ਵਿੱਚ ਪੈਰ ਪਾਵੇ ਹਵੇਲੀ ਦੇ ਵਿੱਚ ਖੁਸ਼ੀਆਂ ਦੀ ਬਹਾਰ ਆਵੇ। ਕੋਈ ਕੱਲ ਉਹਨੂੰ ਪਸੰਦ ਤੇ ਆਵੇ ਸਾਨੂੰ ਉਹਦੇ ਘਰ ਦਾ ਰਾਹ ਤੇ ਵਿਖਾਵੇ। ਚਾਚਾ ਤੇਰਾ ਘਰ ਨੇੜੇ ਸੀ ਸੋਚਿਆ ਤੇਰੇ ਬੁਝਾ ਲਈਏ। ਤਨ ਬਾਗ ਇਸ ਮਿੱਟੀ ਦੇ ਗੜੇ ਦੇ ਜਿਹੜੀ ਤੁਹਾਡੀ ਪਿਆਸ ਬੁਝਾਏ। ਉਹ ਕੁੜੀਏ ਉਹ ਕੁੜੀਏ ਉਹ ਦੁੱਧ ਵਿੱਚ ਪਤਾਸੇ ਘੋਲ ਕੇ ਲਿਆ ਆਪਣੇ ਚੌਧਰੀ ਵਾਸਤੇ। ਓਏ ਚਾਚਾ
ਸਾਡੇ ਲਈ ਕੋਰੇ ਘੜੇ ਦਾ ਠੰਡਾ ਪਾਣੀ ਲਿਆ। ਕੁੜੀਏ ਉਹ ਕੁੜੀਏ ਉਹ ਕੋਰੇ ਘੜੇ ਦਾ ਠੰਡਾ ਪਾਣੀ ਪਿਆ ਦੇ, ਸਾਡੇ ਘਰ ਚੌਧਰੀ ਹੋਣੀ ਆਏ ਨੇ। ਹਾਂ ਕੁੜੀਏ ਤਾਂ ਕੰਮ ਧਿਆਨ ਨਾਲ ਕਰਿਆ ਕਰ। ਚੌਧਰੀ ਜੀ ਵੱਡਿਆਂ ਦਾ ਖਾਣ ਹੈ, ਜੇ ਪਿਆਸ ਬਹੁਤੀ ਲੱਗੀ ਹੋਵੇ ਤੇ ਪਾਣੀ ਐਸਾ ਐਸਾ ਪੀਣਾ ਚਾਹੀਦਾ, ਨਹੀਂ ਤੇ ਕਲੇਜੇ ਨੂੰ ਜਾ ਲੱਗਦਾ। ਉਤਰੇ ਲੱਗੀ ਹੋਵੇ ਪਹਿਲੇ ਪਿਆਸ ਬੁਝਾਈਏ ਜਾਂ ਕਲੇਜਾ ਸੰਭਾਲੀਏ। ਅੱਛਾ ਚਾਚਾ ਰੱਬ ਰਾਖਾ। ਪਿਓ ਸਦਕੇ ਤੇਰੇ ਦੇ ਕਾਲੂ, ਸਾਨੂੰ ਖੁਸ਼ੀ ਦੀਆਂ ਖਬਰਾਂ ਸੁਣਾ ਕੇ ਆਪ ਕਿੱਥੇ ਟੁਰ ਗਏ ਸੈਨ? ਅੱਛੂ ਨੇ ਜੋ ਕੁਝ ਕਿਹਾ ਸੱਚ? ਜੀ ਬਾਬਾ। ਖੁਸ਼ ਕੀਤੇ ਲਾਲਾ, ਸਾਨੂੰ ਤੇ ਦੱਸ ਸਾਡੇ ਚੰਦ ਦਾ ਤਾਰਾ ਕੌਣ ਬਣਿਆ, ਕਿੰਨੇ ਸਾਡੇ ਇਥਰੇ ਪੁੱਤਰ ਦਾ ਦਿਲ ਮੋਹ ਲਿਆ, ਉਹ ਕੌਣ ਏ, ਕਿਹੜੀ ਏ, ਕਿੱਥੇ ਰਹਿੰਦੀ ਏ? ਛੇਤੀ ਛੇਤੀ ਦੱਸ ਲਾਲਾ, ਸਾਡਾ ਦਿਲ ਉਹਦਾ ਨਾਂ ਜਾਣਨ ਨੂੰ ਬੜਾ ਹੀ ਬੇਤਾਬੇ। ਪਿਓ ਉਹਦਾ ਮਿੱਟੀ ਦੇ ਭਾਂਡੇ ਬਣਾਉਂਦਾ ਏ ਤੇ ਆਪ ਉਹ ਕੱਚੇ ਮਕਾਨ ਚ ਰਹਿੰਦੀ ਏ, ਤੇ ਨਾਂ ਏ ਉਹਦਾ ਸੋਹਣੀ। ਸੋਹਣੀ ਨਾਂ ਤੇ ਬੜਾ ਵਾਹਵਾ ਹੈ। ਹੁਣ ਅਸੀਂ ਸ਼ਗਨਾਂ ਦਾ ਥਾਲ ਲੈ ਕੇ ਤੇਰਾ ਰਿਸ਼ਤਾ ਮੰਗਣ ਉਹਦੇ ਬਾਬਾ ਦੇ ਵਿਹੜੇ ਜ਼ਰੂਰ ਜਾਵਾਂਗੇ। ਚੌਧਰੀ ਜੀ ਤੁਸੀਂ ਸਾਡੇ ਤੇ ਵਿਹੜੇ ਦੇ ਬਾਗ ਹੀ ਜਾਗ ਪਏ ਨੇ, ਤੇ ਕੌਣ ਅੰਬਰਾਂ ਤੋਂ ਉਤਰ ਕੇ ਸਾਡੇ ਵਿਹੜੇ ਆ ਗਿਆ? ਅਸੀਂ ਜ਼ਮੀਨਾਂ ਦੇ ਮਾਲਕ ਜ਼ਰੂਰ ਹਾਂ, ਪਰ ਸਾਡੇ ਲਈ ਇਹ ਪੱਗ ਇੱਕ ਬਿਰਾ ਵੀ ਪੱਗ ਹੈ, ਅਸੀਂ ਸਿੱਧੇ ਰੱਖ ਲਾਂ। ਸੋਹਣੀਏ ਇਹ ਸੋਹਣੀਏ ਓਏ ਵੇਖ ਸਾਡੇ ਘਰ ਕੌਣ ਬਾਦਸ਼ਾਹ ਲੋਕ ਆਏ ਨੇ। ਆਓ ਚਾਚਾ ਬੈਠੋ, ਆਓ ਚਾਚਾ ਆਓ ਬੈਠੋ, ਆਓ ਨਾ ਅਸੀਂ ਬਹਿ ਕੇ ਨਹੀਂ ਖਲੋ ਕੇ ਗੱਲ ਕਰਾਂਗੇ। ਮੈਂ ਕਿਹੜੇ ਖੂਹ ਚ ਖਲੋ ਕੇ ਤੁਹਾਡੀ ਗੱਲ ਸੁਣਾਂਗਾ ਚੌਰੀ ਸਾਹਿਬ? ਭਾਈਆ ਇਹ ਤੇ ਤੂੰ ਜਾਣਨਾ ਹੈ, ਕੱਲੂ ਸਾਡੀ ਜਾਨ ਹੈ। ਇਹ ਤੇ ਸਾਰਾ ਪਿੰਡ ਜਾਣਦਾ ਚੌਰੀ ਸਾਹਿਬ, ਅਸੀਂ ਉਹ ਤਾਂ ਅੱਖਾਂ ਨਹੀਂ ਮੋੜ ਸਕਦੇ, ਅਸੀਂ ਉਹਦੀਆਂ ਸਾਰੀਆਂ ਜ਼ਿੱਦਾਂ ਪੂਰੀਆਂ ਕੀਤੀਆਂ ਨੇ। ਉਹ ਕੋਈ ਐਸੀ ਚੀਜ਼ ਮੰਗਦਾ ਜਿਹੜੀ ਅਸਮਾਨਾਂ ਤੇ ਮਿਲਦੀ, ਅਸੀਂ ਅਸਮਾਨਾਂ ਤੇ ਵੀ ਟੁਰ ਜਾਣਾ ਸੀ। ਉਹਨੇ ਐਸੀ ਚੀਜ਼ ਮੰਗੀ ਏ ਜਿਹੜੀ ਤੇਰੇ ਇਸ ਗਾਰੇ 'ਚ। ਮੇਰੇ ਘਰ 'ਚ ਐਸੀ ਕਿਹੜੀ ਚੀਜ਼ ਏ ਜਿਹਦੀ ਲੋੜ ਬਾਦਸ਼ਾਹ ਨੂੰ ਪੈ ਗਈ? ਤੇਰੀ ਸੋਹਣੀ, ਅਸੀਂ ਕਾਲੂ ਲਈ ਤੇਰੀ ਸੋਹਣੀ ਦਾ ਰਿਸ਼ਤਾ ਲੈਣ ਆਇਆ। ਮਿੱਟੀ ਨੇ ਕਦੀ ਇਹ ਖਾਬ ਵੇਖਿਆ ਨਹੀਂ, ਜ਼ਮੀਨ ਤੇ ਆਸਮਾਨ ਦਾ ਜੋੜ ਬਣਦਾ ਨਹੀਂ ਚੌਰੀ ਸਾਹਿਬ। ਹਾਸਲੇ ਅਸੀਂ ਮਿਟਾ ਦਿੰਦੇ ਹਾਂ, ਫਰਕ ਤੂੰ ਮਿਟਾ ਦੇ। ਚੌਧਰੀ ਸਾਹਿਬ ਤੁਸੀਂ ਆਉਣ 'ਚ ਬੜੀ ਦੇਰ ਕਰ ਦਿੱਤੀ ਤੇ ਮੈਂ ਉਸ ਵਕਤ ਨੂੰ ਪਿਛਾ ਨਹੀਂ ਮੋੜ ਸਕਦਾ। ਤੂੰ ਸਾਡੀ ਮਜਬੂਰੀ ਨਹੀਂ ਜਾਣਦਾ ਬਾਈਆ, ਅਸੀਂ ਪੱਗ ਲਾ ਕੇ ਤੇਰੇ ਪੈਰਾਂ 'ਚ ਰੱਖਣੇ ਆ। ਚੌਧਰੀ ਸਾਹਿਬ ਆਪਣੇ ਕੰਮ ਨੂੰ ਹੋਰ ਨੀਵਾਂ ਲੱਗਣ।
ਜਾਓ ਚੌਧਰੀ ਸਾਹਿਬ। ਅੱਜ ਤੋਂ ਸੋਹਣੀ ਜਿੰਦੀ ਬੋਈ ਤੇਰੀ ਹੋਈ, ਤੇਰੀ ਹੋਈ। ਰੱਬ ਕਿਸੇ ਕੰਮੀ ਨੂੰ ਵੀ ਧੀ ਨਾ ਦੇਵੇ। ਸਦੀਆਂ ਤੋਂ ਕਮਜ਼ੋਰ ਬਾਬਲਾ ਹਾਂ ਕਰਨ ਤੋਂ ਪਹਿਲਾਂ ਇਹਨਾਂ ਨੂੰ ਦੱਸਿਆ ਕਿਉਂ ਨਹੀਂ ਕਿ ਕੰਮੀ ਦੀ ਜੁੱਤੀ ਚੌਧਰੀ ਦੇ ਪੈਰਾਂ ਚੰਗੀ ਨਹੀਂ ਲੱਗਦੀ। ਕੀ ਮਤਲਬ ਹੈ ਤੇਰਾ? ਮਤਲਬ ਹੈ ਵੇ ਚੌਧਰੀ ਸਾਹਿਬ, ਮੰਗ ਅੱਛੂ ਦੀ ਸੈਂ ਤੇ ਕੱਲੂ ਲਈ ਮੰਗ ਲਿਆ ਜੇ। ਸੋਨੇ ਦੀ ਤਲਵਾਰ ਨਾਲ ਦੋ ਦਿਲਾਂ ਦਾ ਖੂਨ ਕਰ ਚੱਲੇ ਹੋ। ਆਇਆ ਸਾਂ ਤੈਨੂੰ ਨੌ ਬਣਾਉਣ, ਕਰ ਇਨਸਾਫ ਚੱਲੇ ਆ। ਤੂੰ ਅੱਛੂ ਦੀ ਮੰਗ ਸੈਂ, ਤੈਨ ਅੱਛੂ ਦੇ ਨਾਵੇਂ ਕਰ ਚੱਲੇ ਆ। ਇਹ ਪਿੰਡ ਦੇ ਮਾਲਕ ਦਾ ਫੈਸਲਾ ਹੈ। ਬਾਬਾ ਸ਼ਗਨ ਕਰ ਆਇਆ ਨਾ? ਹਾਂ ਆ ਘੁਮਿਆਰ, ਤੈਨੂੰ ਆਪਣੇ ਕੱਚੇ ਘਰ ਚ ਵੇਖ ਕੇ ਮਿੱਟੀ ਦੇ ਬਾਂਡੇ ਵਾਂਗੂ ਖੁਰ ਗਿਆ ਹੋਣਾ ਹੈ। ਸੋਹਣੀ ਨੂੰ ਮੇਰੇ ਨਾਂ ਦੀ ਮੁੰਦਰੀ ਪਵਾਇਆ ਨਾ? ਸੋਹਣੀ ਨੂੰ ਤੇਰੇ ਨਾਂ ਦੀ ਨਹੀਂ, ਅੱਛੂ ਦੇ ਨਾਂ ਦੀ ਮੁੰਦਰੀ ਪਾਈਏ। ਨਹੀਂ ਨਹੀਂ, ਹਕੀਕਤ ਸਾਹਮਣੇ ਆਈ ਤੇ ਜ਼ੁਲਮ ਕਰ ਨਾ ਸਕਿਆ। ਨਹੀਂ ਨਹੀਂ, ਇਨਸਾਫ ਦੀ ਤਕੜੀ ਹੱਥ ਚ ਫੜੀ ਤੇ ਚੋਗ ਮਾਰ ਨਾ ਸਕਿਆ। ਨਹੀਂ ਨਹੀਂ, ਗਰੀਬ ਦੇ ਹੱਕ ਦਾ ਸਵਾਲ ਆਇਆ ਤੇ ਨਾ ਇਨਸਾਫੀ ਕਰ ਨਾ ਸਕਿਆ। ਨਹੀਂ ਨਹੀਂ, ਜ਼ੁਲਮ ਕੀਤਾ ਹੀ ਮੇਰੇ ਨਾਲ, ਇਨਸਾਫ ਦੀ ਤਕੜੀ ਹੱਥ ਚ ਫੜ ਕੇ ਚੋਟ ਮਾਰੀ ਆਈ, ਖੂਨ ਕੀਤਾ ਹੀ ਮੇਰੇ ਅਰਮਾਨਾਂ ਦਾ। ਮੇਰਾ ਹੱਕ ਕਈ ਹੋਰ ਦੀ ਝੋਲੀ ਚ ਪਾ ਕੇ ਮੇਰੇ ਨਾਲ ਨਾ ਇਨਸਾਫੀ ਕੀਤੀ ਗਈ। ਕਹਿ ਦੇ ਕੇ ਸੋਹਣੀ ਮੇਰੀ ਏ, ਕਹਿ ਦੇ ਕੇ ਸੋਹਣੀ ਤੇਰੇ ਕਾਲੂ ਦੀ ਏ। ਉਹ ਇਸ ਲਈ ਕਿ ਸੋਹਣੀ ਮੇਰੀ ਜ਼ਿੱਦ ਏ। ਨਹੀਂ ਕਾਲੂ ਨਹੀਂ, ਸਾਡੇ ਇਨਸਾਫ ਅੱਗੇ ਹਰ ਜ਼ਿੱਦ ਦਮ ਤੋੜ ਦਿੰਦੀ ਏ। ਸੋਹਣੀ ਅੱਛੂ ਦੀ ਮੰਗ ਏ ਤੇ ਇਹ ਮੰਗ ਵਿਆਹ ਦੱਸੀਏ ਗਰੀਬ ਨੂੰ ਕੌਲ ਦੇ ਬੈਠੇ ਆ। ਓਏ ਬਾਤੇ ਕੌਲਾਂ ਦੇ ਆ ਪੱਕਿਆ, ਬਸ ਸੋਹਣੀ ਦੀ ਤੱਲੀ ਤੇ ਅੱਛੂ ਦੇ ਨਾਂ ਦੀ ਮਹਿੰਦੀ ਨਹੀਂ ਲੱਗਣ ਦਿਆਂਗਾ, ਨਹੀਂ ਲੱਗਣ ਦਿਆਂਗਾ। ਤੇ ਫਿਰ ਠਹਿਰ ਜਾਏ, ਹਮੇਸ਼ਾ ਆਪਣੀਆਂ ਮਨਾਉਣ ਵਾਲਿਆ ਤੇ ਸਾਡੀਆਂ ਨਾ ਮੰਨਣ ਵਾਲਿਆ, ਇਹ ਕਦਮ ਦਲੀਜ਼ ਤੇ ਪੈਰ ਰੱਖਣ ਤੋਂ ਪਹਿਲਾਂ ਸਾਡਾ ਫੈਸਲਾ ਵੀ ਸੁਣਦਾ ਜਾ। ਸੋਹਣੀ ਅੱਛੂ ਦੇ ਨਾਂ ਦਾ ਖੁੰਡ ਕੱਢੇਗੀ, ਚੌਧਰੀ ਦਾ ਇਨਸਾਫ ਏ, ਇਨਸਾਫ ਏ, ਇਨਸਾਫ ਏ। ਚੋਰੀ ਦੀ ਆਦਤ ਤੈਨੂੰ ਪੇ ਕਿਉਂ ਪਈ ਏ? ਨਹੀਂ ਇੱਥੇ ਹੀ ਪਈ ਏ। ਕਿੰਨੇ ਸਿਖਾਇਆ ਤੈਨੂੰ? ਤੁਸੀਂ ਸਿਖਾਇਆ। ਕੀ ਮਤਲਬ ਏ ਤੇਰਾ? ਜਿਹੜੀ ਚੀਜ਼ ਛੋਣ ਬੀਵੀ ਨੂੰ ਨਾ ਦੇਵੇ ਉਹ ਚੁਰਾਣੀ ਪੈਂਦੀ ਏ। ਐਂਦਾ ਤੂੰ ਅਗਰ ਮੇਰੀ ਜੇਬ ਨੂੰ ਹੱਥ ਲਾਇਆ ਤੇ ਕੀ ਕਰ ਲੋਗੇ ਤੁਸੀਂ? ਐਨਾ ਮਾਰਾਂਗਾ ਕਿ ਤੈਨੂੰ ਹੋਸ਼ ਨਹੀਂ ਰਵੇਗੀ। ਐ ਲੋ ਜਿੰਨਾ ਦਿਲ ਕਰਦੇ ਮਾਰ ਲੋ।
ਰਾਣੀ ਕਿਹੜੀਆਂ ਸੋਚਾਂ 'ਚ ਬੋਲੋ? ਤੁਹਾਨੂੰ ਪਤਾ ਹੈ ਅੱਜ ਸਾਡੀ ਸ਼ਾਦੀ ਦੀ 26ਵੀਂ ਸਾਲਗਿਰਾ ਹੈ। ਹਾਂ, ਐਵੇਂ ਹੋਕਾ ਕਿਉਂ ਪਾ ਦਿੰਦੇ? ਹੱਲਾ ਗੁੱਲਾ ਨਹੀਂ ਕਰਨਾ। ਉਹ ਬੇਗਮ, ਹੁਣ ਉਹ ਉਮਰ ਨਹੀਂ ਗਈ। ਉਹ ਫੋ ਡਾਰਲਿੰਗ, ਤੁਸੀਂ ਤਾਂ ਖੁਸ਼ੀ ਤੋਂ ਉੱਕੇ ਰਿਟਾਇਰਮੈਂਟ ਲੈ ਲਈ ਹੈ। ਬੇਗਮ, ਦੁਨੀਆਦਾਰ ਬੰਦੇ ਦੀ ਜ਼ਿੰਦਗੀ ਦੇ ਚਾਰ ਹਿੱਸੇ ਨੇ। ਪਹਿਲਾ ਗਫਲਤ ਦਾ, ਦੂਸਰਾ ਜਜ਼ਬਾਤ ਦਾ, ਤੀਜਾ ਜ਼ਿੰਮੇਦਾਰੀ ਦਾ ਤੇ ਆਖਰੀ ਇਬਾਦਤ ਦਾ। ਡਾਰਲਿੰਗ, ਮੇਰੇ ਨਜ਼ਦੀਕ ਜ਼ਿੰਦਗੀ ਨੂੰ ਮੇਲੇ ਵਾਂਗੂ ਮਨਾਉਣਾ ਚਾਹੀਦਾ ਤੇ ਪਿਆਸੇ ਵਾਂਗੂ ਜ਼ਿੰਦਗੀ ਦੀ ਠੰਡੀ ਬੋਤਲ ਨੂੰ ਤਹਿ ਦੇ ਆਖਰੀ ਕਤਰੇ ਤੱਕ ਪੀਣਾ ਚਾਹੀਦਾ। ਜਿਨ੍ਹਾਂ ਮਾਵਾਂ ਦੀ ਇਹ ਸੋਚ ਹੋਵੇ, ਉਹਨਾਂ ਬੱਚਿਆਂ ਦਾ ਮੁਸਤਕਬਿਲ ਵੀ ਉਹਨਾਂ ਲੋਕਾਂ ਜੈਸਾ ਹੁੰਦਾ ਹੈ ਜਿਹੜਾ ਸਾਡੇ ਬੱਚਿਆਂ ਦਾ ਹੋਇਆ। ਕੀ ਹੋ ਗਿਆ ਹੈ ਮੇਰੇ ਬੱਚੇ ਨੂੰ? ਐਵੇਂ ਗੱਲਾਂ ਨਾ ਕਰਿਆ ਕਰੋ, ਸ਼ਾਮੀ 4 ਵਜੇ ਘਰ ਆ ਜਾਣਾ। ਅੱਜ ਤੇ ਮੈਂ ਜੰਗ ਜਾ ਰਿਹਾ ਵਾਂ, ਤੁਸੀਂ ਇਹ ਮਹਿਫਿਲ ਖੁਦ ਅਟੈਂਡ ਕਰ ਲੈਣਾ। ਖੁਦਾ ਹਾਫਿਜ਼। ਮੈਨੂੰ ਕਿਉਂ ਰੋਕਿਆ ਜੀ? ਜਾਨ ਜੀ, ਬੀਵੀਆਂ ਸ਼ੋਹਰ ਨੂੰ ਰੋਕਣ ਨਾ ਟੋਕਣ ਨਾ ਤੇ ਪਿੰਜਰੇ ਖਾਲੀ ਰਹਿ ਜਾਂਦੇ ਨੇ ਤੇ ਤੋਤੇ ਉੜ ਜਾਂਦੇ ਨੇ। ਕੀ ਮਤਲਬ ਹੈ ਤੇਰਾ? ਮੈਂ ਤੈਨੂੰ ਤੋਤਾ ਲੱਗਣਾ? ਤੇ ਟਾਡੇ 'ਚ ਮੇਰੀ ਜਾਨ ਹੈ। ਮੈਂ ਕਹਿੰਦਾ ਮੈਨੂੰ ਜਾਣ ਦੇ। ਤੇ ਜਾਨ ਲੈ ਲਓ ਮੇਰੀ ਜਾਨ। ਮੈਂ ਜਾਣਾ, ਮੈਂ ਤੈਨੂੰ ਨਹੀਂ ਜਾਣ ਦਿਆਂਗੀ। ਬਕਵਾਸ ਬੰਦ ਕਰ ਤੇ ਮੇਰਾ ਰਸਤਾ ਛੋੜ ਦੇ। ਤੈਨੂੰ ਐਸੀ ਹੱਥ ਕੜੀ ਲਾਵਾਂਗੀ ਕਿ ਤੂੰ ਛੱਡ ਕੇ ਨਹੀਂ ਜਾਵੇਂਗਾ।
की सोच रहे हो अब्बा जी? जफर पुत्र, साढ़े ते औखा वेला आ गया है, तू ही कोई दस की करिए। अब्बा जी कालू नूं इश्क हो गया है, जिस तरह अंब दे रस दा दाग लैंदा नहीं उस तरह इश्क दा दाग जांदा नहीं। की करिए, असी अपना ईमान छड़ देईए, कालू दी जिद अगे हार मान लईए, एक गरीब दा हक खो लईए, कुमार दी धी दे हथ च कंगन ला के कालू दा नां लिख देईए। नहीं 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 नहीं, ए नहीं हो सकदा, असी इंसाफ दा सिर नीवा नहीं होण देंगे। ओए सिर झुका ते जीवा ते किवें जीवा, ना चोरी बादशाह ना सिर झुके तेरे शरीकां दा। जे तेरा सिर झुक गया चौधरी बादशाह, जहान आखेगा चौधरी अच्छुद अगे लिप गया है। नहीं नहीं, तेनू सोहनी पसंद है ना, ते चुक ला, तेरे कोलो किन्ने खोनी है, ना मरना किसे ने, सच कहंदा पिया, चुक ला सोहनी नू। ओए सारे चले जाओ इथों, सानू कलियां छड़ दियो इत्थे। ओए मखिया, साडे लई कौड़ा पानी लिया। ओए अच्छा चौधरी जी,
बाबे हीरे आई बड़ा खुश है कित्थे चलिया तेनू की दसा शानो तेरी बड़ी याद आ रही सी बड़े दिन हो गए ने सोचे अज उन्हें मिली आवा बाबे हीरिया आई सारा जिंदी होंदी वो भी तेरे नाल जांदी सारा मेरा साथ ते मैं उदा साथी सा हो वेखना जवानी च बंदा जेठ हार दियां शिखर दुपहरां वो मार दियां लम्मियां ते ठंडियां रातां कल्यां गुजार लैंदा पर इस उम्र दे विच साथी दी जिन्नी लोड़ हुंदी है वो कदी ही नहीं होती बंदा पिछलियां गल्लां याद करके एक दूजे नूं वेख वेख के जिउंदा है रब करे इस उम्र विच किसे दा साथी ना छड़े आमीन अच्छा भला ये दस इस वेले मेरी बानो ती की कर रही होए मेज कुर्सी ते बह के खाना खा रही होगी जे कड़ी दो कड़ी आ जांदी ते मैं उन्हूं इत्थे ही मिल लैंदा पर वो अपने घर च बड़ी मसरूफ है मैं आप ही उन्हूं मिल के आना अच्छा रब रख अच्छा रब रख साग लिया कोड़ा बिच मक्खन है चीजा शहर की नहीं ना होंदिया ये लिया की लोड़ सी इत्थे कोई नहीं खांदा इन्हां नूं लै जाओ इत्थों अब्बा जी पुत्र मेरी जिहड़ी हैसियत सी मैं लै आवां इन्ने काबिल नहीं सी फिर भी वेखे ना तिया दे घर खाली हाथ नहीं आया जा सकता ना चल शनो ती मैं तेनू लैन आया वा वो पानी उत्थे पिंड ही जाके पीवांगे तो नाले तिया दे घर ते पानी नहीं पीना चाहिदा ना अम्मी जी मैं चली जावा इत्थे की पिसवारनी है जा हमेशा ली चली जा शनो की आख रहे ने
ਮੈਂ ਕੀ ਸੁਣ ਰਿਹਾ ਵਾਂ? ਤੇਰੇ ਨਾਲ ਇੱਥੇ ਕੀ ਸਲੂਕ ਹੋ ਰਿਹਾ ਹੈ? ਸ਼ਾਨੂ, ਤੂੰ ਸੱਚ ਦੱਸ, ਜੋ ਜ਼ਿੰਦਗੀ ਗੁਜ਼ਾਰ ਰਹੀ ਹੈ ਇਹ ਜ਼ਿੰਦਗੀ ਹੈ ਜਾਂ ਅਜ਼ਾਬ ਹੈ? ਅੱਬਾ ਜੀ, ਜੋ ਮੈਂ ਤੁਹਾਡੇ ਘਰੋਂ ਤੁਰੀ ਸਾਂ, ਤੁਸੀਂ ਇੱਕ ਗੱਲ ਪੱਲੇ ਬੰਨੀ ਸੀ, ਇਸ ਘਰੋਂ ਤੇਰੀ ਡੋਲੀ ਚੱਲੀ ਹੈ, ਉਸ ਘਰੋਂ ਤੇਰਾ ਜਨਾਜ਼ਾ ਨਿਕਲਣਾ ਚਾਹੀਦਾ। ਉਹ ਜਿਹਨੇ ਮੇਰੇ ਵਿਹੜੇ ਦੀ ਤਰੇਕ ਪੱਟ ਕੇ ਆਪਣੀ ਕੋਠੀ ਚ ਲਾਈ ਹੈ, ਉਹ ਕਿੱਥੇ ਹੈ ਉਹ ਚੌਧਰੀ? ਅੱਬਾ ਜੀ, ਤੁਸੀਂ ਮੇਰੇ ਬਾਬਲ ਹੋ, ਇਹਨਾਂ ਨੂੰ ਗੱਲ ਨਾ ਕਰਨਾ, ਤੁਸੀਂ ਤੇ ਗੱਲ ਕਰਕੇ ਚਲੇ ਜਾਓਗੇ, ਭੂਤਨੀ ਮੈਨੂੰ ਪੈ ਗਈ। ਚਲੇ ਜਾਓ ਅੱਬਾ ਜੀ, ਜਾਂਦਿਆਂ ਮੇਰੇ ਹੱਕ ਚ ਦੁਆ ਕਰਨਾ। ਅੱਛਾ ਪੁੱਤਰ, ਸ਼ਾਮਾਂ ਪੈ ਗਈਆਂ ਨੇ, ਮੈਂ ਹੁਣ ਚੱਲਣਾ ਵਾਂ। ਅੱਛਾ ਮੇਰੀ ਧੀ। ਮੈਨੂੰ ਲੱਗਦਾ ਹੈ ਤੇਰੇ ਨਾਲ ਇੱਥੇ ਅੱਛਾ ਸਲੂਕ ਨਹੀਂ ਹੋ ਰਿਹਾ। ਫਿਰ ਵੀ ਤੂੰ ਕਦੀ ਜ਼ਬਾਨ ਤੇ ਸ਼ਿਕਾਇਤ ਦਾ ਲਫ਼ਜ਼ ਲੈ ਕੇ ਨਹੀਂ ਆਇਆ। ਮੈਂ ਤੈਨੂੰ ਇਸ ਘਰ ਦੀ ਨੂੰਹ ਬਣਾ ਕੇ ਕੋਈ ਜ਼ਿਆਦਤੀ ਕੀਤੀ ਹੈ ਤੇ ਮੈਨੂੰ ਮਾਫ਼ ਕਰ ਦੇ। ਕਿਉਂ ਗੁਨਾਹਗਾਰ ਕਰਦੇ ਹੋ ਅੱਬਾ ਜੀ? ਮੇਰੇ ਤੋਂ ਵੱਧ ਖੁਸ਼ ਨਸੀਬ ਕੌਣ ਹੈ ਜਿਹਨੂੰ ਇਸ ਘਰ ਦੇ ਵਿੱਚ ਤੁਹਾਡੇ ਜੇ ਬਾਪ ਦੀ ਸ਼ਫਕਤ ਮਿਲੀ ਹੈ? ਧੀਏ, ਸਸੁਰਾਲ ਵਿੱਚ ਜ਼ਿੰਦਗੀ ਗੁਜ਼ਾਰਨ ਲਈ ਬਾਪ ਦੀ ਸ਼ਫਕਤ ਤੋਂ ਜ਼ਿਆਦਾ ਮਾਂ ਵਰਗੇ ਪਿਆਰ ਦੀ ਜ਼ਰੂਰਤ ਹੁੰਦੀ। ਤੁਸੀਂ ਜ਼ਿਆਦਾ ਦਿਲ 'ਤੇ ਬੋਝ ਨਾ ਪਾਓ, ਤੁਸੀਂ ਆਰਾਮ ਕਰੋ। ਠੀਕ ਹੈ ਬੇਟਾ, ਤੂੰ ਖਾਣੇ ਦਾ ਇੰਤਜ਼ਾਮ ਕਰ ਜਾ ਮੇਰੀ। ਓਏ ਸੁਣੀਏ, ਮੇਰੀਆਂ ਤਾਂ ਸਾਰੀਆਂ ਰਾਵਾਂ ਵੱਲ ਕੇ ਤੇਰੇ ਵੱਲ ਹੀ ਆਉਂਦੀਆਂ ਨੇ। ਓਏ, ਅਸੀਂ ਤੇ ਆਪਣੀ ਸਾਰੀ ਹਯਾਤੀ ਤੇਰੇ ਨਾਵੇਂ ਕਰ ਦਿੱਤੀ ਏ। ਐ ਚੁੜਲੀ ਬਾਂਹ ਸਾਡੇ ਹੱਥ ਹੀ ਫੜਾ ਦੇ, ਨਹੀਂ ਤੇ ਅਸੀਂ ਮਰ ਜਾਵਾਂਗੇ, ਮਰ ਜਾਵਾਂਗੇ। ਤੇ ਫੇਰ ਮਰ ਜਾ, ਸਾਡਾ ਤੇ ਹਰ ਸਾਹ ਅੱਛੂ ਦੇ ਨਾਂ ਦਾ। ਐ ਚੁੜੀ ਵਾਲੀ ਬਾਂਹ ਨੂੰ ਗੌਰ ਨਾਲ ਵੇਖ, ਜਿਹੜੀ ਬਾਂਹ ਨੂੰ ਤੂੰ ਫੜਨਾ ਚਾਹੁੰਦਾ ਹੈ।
ਇਸ ਪਿੰਡ ਦੇ ਚੌਧਰੀ ਤੇ ਤੇਰੇ ਪਿਓ ਨੇ ਐ ਮੁੰਦਰੀ ਮੈਨੂੰ ਅੱਛੂ ਦੇ ਨਾਂ ਦੀ ਪਵਾਈ ਹੈ ਤੇ ਸਾਨੂੰ ਸਾਰੀ ਹਯਾਤੀ ਲਈ ਅੱਛੂ ਦੇ ਨਾਂ ਕਰ ਦਿੱਤਾ ਹੈ। ਓਏ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਸਾਨੂੰ ਤੇਰੇ ਹੁਸਨ ਦੇ ਲਸ਼ਕਾਰਿਆਂ ਚ ਕੁਝ ਨਜ਼ਰ ਨਹੀਂ ਆਉਂਦਾ। ਓਏ ਸਾਡੀ ਹਿੱਕ ਨਾਲ ਲੱਗ ਕੇ ਸਾਡੇ ਕਲੇਜੇ ਦੀ ਅੱਗ ਠੰਡੀ ਕਰ ਦੇ। ਚੌਧਰੀ ਅਸੀਂ ਤੇ ਸਿੱਖਿਆ ਹੀ ਮਰਨਾ ਹੈ, ਇਹ ਤੂੰ ਕਿਉਂ ਭੁੱਲ ਗਿਆ? ਇਹ ਸੋਹਣੀ ਮੇਰੀ ਮੰਗ ਹੈ, ਸੋਹਣੀ ਵੱਲ ਵਧਣ ਵਾਲਾ ਹਰ ਹੱਥ ਮੈਂ ਲਾ ਦਿਆ। ਕਿਵੇਂ ਸਮਝਾਵਾਂ, ਕਿਵੇਂ ਸਮਝਾਵਾਂ? ਤੂੰ ਇੱਥੇ ਵੇ, ਮੈਂ ਤੈਨੂੰ ਲੱਭ ਲੱਭ ਕੇ ਥੱਕ ਗਈ ਹਾਂ। ਕਿਹੜੀਆਂ ਸੋਚਾਂ ਚ ਗੋਮੇ? ਸੋਚ ਰਹੀਆਂ ਵਾ ਸੋਹਣੀਏ, ਇੱਕ ਪਾਸੇ ਕਾਲੂ ਏ ਤੇ ਇੱਕ ਪਾਸੇ ਤੇਰਾ ਪਿਆਰ। ਮੇਰਾ ਪਿਆਰ ਤੇਰੀ ਅਮਾਨਤ ਤੇ ਅੱਛੂ, ਮੈਂ ਚੌਧਰੀ ਦੀ ਦਿੱਤੀ ਹੋਈ ਮੁੰਦਰੀ ਵੀ ਸੋਚਿਆ ਹੈ। ਮੈਂ ਤੇਰੀ ਹਾਂ ਤੇ ਆਖਰੀ ਦਮ ਤੱਕ ਤੇਰੀ ਰਵਾਂਗੀ, ਸਾਨੂੰ ਦੋਵਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ।
ਬਾਬਾ ਜੀ ਕੀ ਹੋਇਆ ਧੀਏ ਕਿਸੇ ਤਰੀਕੇ ਨਾਲ ਮੇਰੇ ਯਾਰ ਨੂੰ ਇੱਥੇ ਬੁਲਾ ਲੈ ਮੈਂ ਤੇਰੇ ਤੋਹਫੇ ਲਈ ਕੁਛ ਕਰਕੇ ਮਰਨਾ ਚਾਹੁੰਦਾ ਵਾ ਨਹੀਂ ਅੱਬਾ ਜੀ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਤੁਹਾਡੀ ਜ਼ਿੰਦਗੀ ਚਾਹੀਦੀ ਹੈ ਸ਼ਾਨੋ ਸਹੁਰੇ ਤੇ ਬੇਬੀ ਡੋਰੇ ਪਾ ਰਹੀ ਹੈ ਇਹਨਾਂ ਦਾ ਖਿਆਲ ਰੱਖਣੀ ਹਜੇ ਮੈਂ ਜ਼ਿੰਦਾ ਹਾਂ ਚੱਲ ਦਫਾ ਆਪਣੇ ਬੈਡਰੂਮ ਵਿੱਚ ਡਾਰਲਿੰਗ ਸੰਭਲੋ ਨਾ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਇਕੱਲੀ ਰਹਿ ਜਾਵਾਂਗੀ ਬੋਲੋ ਨਾ ਬੋਲੋ ਨਾ ਜਵਾਬ ਦਿਓ ਨਾ ਕੀ ਹੋ ਗਿਆ ਤੁਹਾਨੂੰ ਬੋਲੋ ਨਾ ਰੱਖੇ ਤੁਹਾਡੇ ਵੱਲ ਆਉਣ ਵਾਲੀ ਤੱਤੀ ਹਵਾ ਮੈਨੂੰ ਲੱਗੇ ਮੈਂ ਇੱਥੋਂ ਚਲੀ ਜਾਂਦੀ ਹਾਂ ਬਾਬਲ ਤੇ ਤੈਨੂੰ ਬੜੇ ਦਿਨਾਂ ਦਾ ਉਡੀਕਣ ਡਿਆ ਸੀ
ਬਾਬਲ ਦੀ ਯਾਦ ਨਹੀਂ ਆਈ? ਬੜੇ ਦਿਨਾਂ ਬਾਅਦ ਚੱਕਰ ਲਾਏ, ਉਹ ਅੱਜ ਵੇਲ ਮਿਲੇ ਹੋ, ਪਿਓ ਦੀ ਯਾਦ ਕਦੇ ਨਹੀਂ ਆਈ? ਤੁਹਾਡਾ ਯਾਰ ਮਰ ਗਿਆ ਤੇ ਘਰ ਵਾਲਿਆਂ ਨੇ ਮੈਨੂੰ ਘਰੋਂ ਵੀ ਕਰ ਦਿੱਤਾ। ਅੱਬਾ ਜੀ ਮੈਨੂੰ ਗੱਲ ਲਾ ਕੇ ਰੱਜ ਕੇ ਰੋ ਲੋ। ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਮੇਰੇ ਜਿੰਨਿਆਂ ਦੀ ਹੈ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਮੇਰੇ ਜਿੰਨਿਆਂ ਜੀ ਇਹ ਨਹੀਂ ਹੋ ਸਕਦਾ ਪੁੱਤਰ, ਇਹ ਨਹੀਂ ਹੋ ਸਕਦਾ, ਮੇਰੀ ਸ਼ਨੋਤੀ ਨਹੀਂ ਉੱਜੜ ਸਕਦੀ, ਨਹੀਂ ਉੱਜੜ ਸਕਦੀ। ਉਹਨਾਂ ਜਿਸ ਸਿਆਹੀ ਨਾਲ ਤੇਰੀ ਤਕਦੀਰ ਦਾ ਫੈਸਲਾ ਲਿਖਿਆ, ਉਹ ਇੰਨੀ ਗੂੜੀ ਨਹੀਂ ਹੋ ਸਕਦੀ ਪੁੱਤਰ। ਮੈਂ ਆਪਣੇ ਹੱਥਾਂ ਨਾਲ ਉਹਨੂੰ ਮਿਟਾ ਨਾ ਸਕਿਆ, ਉਸ ਨੂੰ ਮਿਟਾਉਣ ਲਈ ਉਸ ਘਰ ਜਾ ਕੇ ਤੇਰੇ ਵਸਾਉਣ ਲਈ ਇੰਨੇ ਕੁ ਵਹਿਣ ਪਾਵਾਂਗਾ, ਇੰਨੇ ਕੁ ਵਹਿਣ ਪਾਵਾਂਗਾ, ਉਸ ਘਰ ਦੀਆਂ ਪੱਥਰ ਦੀਵਾਰਾਂ ਦਾ ਕਲੇਜਾ ਵੀ ਪਾੜ ਜਾਏਗਾ ਪੁੱਤਰ, ਕਲੇਜਾ ਵੀ ਪਾੜ ਜਾਏਗਾ। ਮੇਰੀ ਜਾਨ ਨਹੀਂ ਉਜੜ ਸਕਦੀ, ਨਹੀਂ ਉਜੜ ਸਕਦੀ। ਸਲਾਮ ਭਰਜਾਈ ਜੀ। ਬੜਾ ਨਿਓ ਕੇ ਆਇਆ। ਕਿਉਂ ਨਾ ਨਿਓਆ, ਧੀ ਦਾ ਪਾਰ ਜਿਹੜਾ ਮੋਢਿਆਂ ਤੋਂ ਲਾਇਆ ਸੀ ਉਹ ਸਿਰ ਤੇ ਆ ਪਿਆ। ਸ਼ਾਨੂ ਨੇ ਕੀ ਕਸੂਰ ਕੀਤਾ ਸੀ? ਉਹ ਇੱਥੋਂ ਕਿਉਂ ਚਲੀ ਗਈ ਹੈ? ਅਸਾਂ ਉਹਨੂੰ ਕੱਢ ਦਿੱਤਾ। ਉਹਨੂੰ ਵਾਪਸ ਬੁਲਾ ਲਓ ਭਰਜਾਈ ਜੀ, ਉਹਨੂੰ ਮਾਰੋ, ਉਹਨੂੰ ਕੁੱਟੋ, ਸੁੱਕੀ ਰੋਟੀ ਦਿਓ, ਉਹਨੂੰ ਫਾਕੇ ਰੱਖੋ, ਪਰ ਇਸ ਕਾਰਨ ਉਹਦੀ ਸਾਂਝ ਨਾ ਤੋੜੋ ਭਰਜਾਈ, ਉਹਦੀ ਸਾਂਝ ਨਾ ਤੋੜੋ। ਇਹ ਚੀਆਂ ਮਰ ਜਾਣੀਆਂ, ਇਹਨਾਂ ਨੂੰ ਭਾਵੇਂ ਜਿੰਨਾ ਪਿਆਰ ਕਰੀਏ ਇਹ ਆਪਣੇ ਘਰ ਵਿੱਚ ਨਹੀਂ ਰੱਖੀਆਂ ਜਾਂਦੀਆਂ ਭਰਜਾਈ, ਨਹੀਂ ਰੱਖੀਆਂ ਜਾਂਦੀਆਂ। ਤੇਰੀ ਧੀ ਇਸ ਕਾਬਲ ਨਹੀਂ ਕਿ ਸਾਡੇ ਘਰ 'ਚ ਰਹਿ ਸਕੇ। ਉਹ ਅੱਖਾਂ 'ਚ ਪਈ ਨਹੀਂ ਦੁਖਦੀ, ਉਹਨੂੰ ਕਿਧਰੇ ਨੁਕਰੇ ਸੁੱਟ ਦਿਓ, ਸਾਰੀ ਹਯਾਤੀ ਗੁਜ਼ਾਰ ਦੇਗੀ ਭਰਜਾਈ, ਸਾਰੀ ਹਯਾਤੀ ਗੁਜ਼ਾਰ ਦੇਗੀ। ਤੇਰਾ ਯਾਰ ਜਿੰਨੇ ਉਹਨੂੰ ਇੱਥੇ ਲਿਆਉਣ ਦੀ ਗਲਤੀ ਕੀਤੀ ਸੀ, ਹੁਣ ਉਹ ਇਸ ਦੁਨੀਆਂ ਤੋਂ ਟੁਰ ਗਿਆ, ਹੁਣ ਉਹ ਮੇਰੀ ਜ਼ਿੰਦਗੀ 'ਚ ਇੱਥੇ ਕਦੀ ਨਹੀਂ ਆ ਸਕਦੀ। ਤੁਹਾਡੇ ਜੇ ਲੋਕਾਂ ਨਾਲ ਤੇ ਰਿਸ਼ਤੇ ਦੀ ਗੱਲ ਕਰਦੇ ਵੀ ਸਾਡੀ ਇੱਜ਼ਤ ਘਟਦੀ ਹੈ। ਸਾਡੇ ਮਗਰੂ ਲੈ ਜਾਓ, ਹੁਣ ਤੇ ਤਲਾਕ ਹੋਵੇ ਹੀ ਹੋਵੇ। ਤੁਸੀਂ ਮੇਰੀ ਉਜੜੀ ਹੋਈ ਸੁਹਾਗਣ ਨੂੰ ਇੱਥੇ ਭਾਵੇਂ ਨਾ ਲੈ ਕੇ ਆਉਣਾ, ਪਰ ਪਿੰਡ ਤਲਾਕ ਨਾ ਦੇਣਾ ਭਰਜਾਈ, ਪਿੰਡ ਤਲਾਕ ਨਾ ਦੇਣਾ। ਤਲਾਕ ਆ ਗਈ ਤੇ ਜਿੱਧਰੋਂ ਲੰਘਾਂਗਾ ਉਹ ਇਹੀ ਆਖਣਗੇ ਹੀਰੇ ਦੀ ਧੀ ਨੂੰ ਤਲਾਕ ਹੋ ਗਈ ਹੈ, ਹੀਰੇ ਦੀ ਧੀ ਨੂੰ ਤਲਾਕ ਹੋ ਗਈ। ਚਲਾ ਜਾਂਦਾ ਮੈਂ ਭਰਜਾਈ, ਪਰ ਇੱਕ ਗੱਲ ਯਾਦ ਰੱਖਣਾ,
ਤਲਾਕ ਦਾ ਲਫ਼ਜ਼ ਤੁਹਾਡੇ ਵਾਸਤੇ ਫੈਸ਼ਨ ਹੋਏਗਾ, ਪਰ ਸਾਡੇ ਗਰੀਬਾਂ ਲਈ ਮੌਤ ਹੁੰਦਾ ਹੈ ਭਰਜਾਈ, ਮੌਤ ਹੁੰਦੀ।
ਮਾਨੋ ਧੀਏ ਉੱਚੀ ਆਵਾਜ਼ ਨਾ ਕੱਢੀ, ਅੱਥਰੂ ਅੱਖਾਂ ਚੋਂ ਬਾਹਰ ਨਾ ਡਿੱਗਣ ਦੇਵੀ ਪੁੱਤਰ। ਤੇਰਾ ਬਾਬਲ ਤੇਰੇ ਲਈ ਖੁਸ਼ੀ ਦੀ ਕੋਈ ਖਬਰ ਨਹੀਂ ਲਿਆ ਸਕਿਆ ਪੁੱਤਰ। ਉਹਨਾਂ ਨੇ ਸਿਰਫ ਇਹ ਵਾਅਦਾ ਕੀਤਾ ਕਿ ਬਸ ਤਨਾਹ ਕਿੱਥੇ ਨਹੀਂ ਆਏਗੀ। ਅੱਛੂ ਬੈਰ ਕਿਉਂ ਖੜਾ ਹੈ? ਅੰਦਰ ਆ ਜਾ। ਚੌਧਰੀ ਸਾਹਿਬ, ਮੇਰੀ ਵਜ੍ਹਾ ਤੋਂ ਤੁਹਾਡੀ ਹਵੇਲੀ ਦਾ ਸੁੱਖ ਬਰਬਾਦ ਹੋਵੇ ਤੇ ਮੈਂ ਇਹ ਜਗੀਰ ਹੀ ਛੱਡ ਦਿਆਂਗਾ। ਚੌਧਰੀ ਸਾਹਿਬ, ਇਹ ਜਗੀਰ ਹੀ ਛੱਡ ਦਿਆਂਗਾ। ਨਹੀਂ ਅੱਛੂ, ਨਹੀਂ, ਤੂੰ ਜਗੀਰ ਨਹੀਂ ਛੱਡੇਗਾ। ਅਸੀਂ ਇਨਸਾਫ਼ ਦਾ ਖੂਨ ਨਹੀਂ ਆਉਣ ਦਿਆਂਗੇ, ਨਹੀਂ ਆਉਣ ਦਿਆਂਗੇ। ਜੋ ਹੁਕਮ ਚੌਧਰੀ ਸਾਹਿਬ। ਓਏ ਮੁਨਸ਼ੀ, ਉਹ ਕਾਲੂ ਕਿੱਥੇ ਵੇ? ਫਸਲਾਂ ਦੀ ਉਗੜਾਈ ਲੈ ਕੇ ਚੌਧਰੀ ਸਾਹਿਬ ਉੱਥੇ ਹੀ ਗਿਆ ਹੋਣਾ ਜਿੱਥੇ ਅਗਲੀ ਰਕਮਾਂ ਜਾਂਦੀਆਂ ਨੇ। ਮੇਰਾ ਹੱਕ, ਮੇਰਾ ਹੱਕ ਹੋਰ ਦੀ ਝੋਲੀ, ਹੋਰ ਦੀ ਝੋਲੀ ਸਾਫੀ ਕੀਤੀ ਗਈ। ਕਹਿ ਦੇ ਕੇ ਸੋਹਣੀ ਮੇਰੀ, ਸੋਹਣੀ ਮੇਰੀ, ਕਹਿ ਦੇ ਕੇ ਸੋਹਣੀ, ਸੋਹਣੀ ਤੇਰੇ ਕਾਲੂ ਦੀ। ਓਹ ਇਸ ਲਈ, ਓਹ ਇਸ ਲਈ ਸੋਹਣੀ ਮੇਰੀ, ਸੋਹਣੀ ਮੇਰੀ ਜਿੱਦੇ।
ਜਿਹੜੀ ਬੂਟੀ ਹੈ ਨਾ ਕਿਸੇ ਮਰੀਜ਼ ਨੂੰ ਮਾਰਨ ਦੇ ਕੰਮ ਆਉਂਦੀ ਤੋੜੇ ਚੱਲ ਅੱਲਾ ਦੇ ਬੰਦਿਆ ਹਕੀਮ ਸਾਹਿਬ ਹਕੀਮ ਸਾਹਿਬ ਵਾਲੇਕੁਮ ਸਲਾਮ ਹਕੀਮ ਸਾਹਿਬ ਤੁਸੀਂ ਅੱਜ ਕਿੱਦਾਂ ਉਹ ਇੱਥੇ ਇੱਕ ਮਰੀਜ਼ ਨੂੰ ਚੈੱਕ ਕਰਨ ਜਾ ਰਿਹਾ ਪਤਾ ਨਹੀਂ ਕਿਹੜੇ ਮਰੀਜ਼ ਦੀ ਮੌਤ ਆਈ ਤੇ ਮੈਨੂੰ ਜਲਦੀ ਬੜੀ ਹੈ ਅੱਛਾ ਸ਼ੇਰ ਤੁਰ ਖੁਦਾ ਹਾਫਿਜ਼ ਮੇਰਾ ਨਾਂ ਹਕੀਮ ਸਫਾਇਆ ਹੈ ਔਰ ਮਰੀਜ਼ ਮੇਰੀ ਦਵਾਈ ਨਾਲ ਨਾ ਮਰੇ ਤੇ ਮੈਂ ਘੁੱਟ ਕੇ ਮਾਰ ਦੇਣਾ ਓਏ ਤੇਰਾ ਦੇਰ ਲੈ ਕੇ ਬਖਸ਼ੂ ਦਾ ਪੀਤਾ ਰਹੇ ਬੋਲੋ ਮੈਨੂੰ ਸਫਾਇਆ ਕਰਨ ਦੇ ਮੇਰਾ ਨਾਂ ਹਕੀਮ ਸਫਾਇਆ ਹੈ ਮਰੀਜ਼ ਦਾ ਹੀ ਸਫਾਇਆ ਕਰੇ ਤੋਂ ਨਾ ਲੈ ਪੋਤਰ ਇਹ ਜੜੀ ਬੂਟੀ ਹੈ ਜੜੀ ਇਹ ਤੂੰ ਸਾਲਮ ਖਾਵਣੀ ਹੈ ਹੈਂ ਇੱਕ ਪਾਤਰੀ ਬਚ ਗਿਆ ਤੇ ਦਮੀ ਤੂੰ ਸੌਤ ਹੋ ਜਾਸ ਹਾਲੇ ਵੀ ਜੀਂਦਾ ਪਿਆ ਉਹ ਮੇਰਾ ਨਾ ਹਕੀਮ ਸਫਾਇਆ ਓਏ ਉਂਜ ਨਹੀਂ ਤਾਂ ਆਈ Thank you.
ਅੱਜ ਬਾਬੇ ਦੀ ਆਉਣ ਦੀ ਖੁਸ਼ੀ ਚ ਜਸ਼ਨ ਦਾ ਇੰਤਜ਼ਾਮ ਹੋਏਗਾ।
ਵਿੱਚ ਸ਼ਰੀਕਾ ਵਸੀਏ, ਅੰਦਰੋਂ ਰੋਈਏ ਤੇ ਬਾਹਰੋਂ ਹੱਸੀਏ। ਐ ਸਦਾਮ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਤੇ ਮੌਜ ਮੇਲਾ ਕਰ ਛੱਡਿਆ ਤੇ ਸਾਨੂੰ ਰੋਜ਼ ਸ਼ਰੀਕਾ ਸੁਣਾਉਣ ਆ ਜਾਂਦਾ। ਓਏ ਸਦਾਮ, ਤੇਰੀਆਂ ਚੱਕਰੀਆਂ ਤੇ ਸਾਰਾ ਪਿੰਡ ਜਾਣਦਾ ਏ। ਓਏ ਓਏ, ਅਸਾਂ ਜ਼ਮੀਨਾਂ ਰੱਖ ਕੇ ਕਰਨਾ ਹੀ ਕੇ ਸੀ, ਚੰਗਾ ਕੀਤਾ ਵੇਚ ਛੱਡੀਆਂ। ਉਹ ਚਾਰ ਦਿਨ ਮੌਜ ਮੇਲਾ ਤਾਂ ਕਰ ਲਿਆ ਨਾ। ਉਹ ਪਿਓ ਨੇ ਪੁੱਤਰ ਨਾਲ ਕੰਮਾਂ ਜੋੜ ਦਿੱਤਾ ਨੇ। ਦੁਸ਼ਮਣ ਦੀ ਲਾਸ਼ ਜ਼ਰੂਰ ਕਲਿਆਣਾ ਓਏ। ਅਸੀਂ ਤੇ ਜੰਮੇ ਲੜਨ ਤੇ ਮਰਨ ਲਈ ਆਏ ਤੇ ਵੈਰ ਵਿਆਹਣ ਲਈ। ਓਏ ਅੱਜ ਸਾਰੇ ਹੀ ਮਾਰ ਦਿਆਂਗਾ। ਬਸ ਬਈ ਬਸ ਭਰਾਵੋ, ਅੰਬੇ ਦਾ ਮਹਿਣਾ ਅੱਜ ਮੈਨੂੰ ਲਾ ਦਿਓ, ਮੈਨੂੰ ਲਾ ਦਿਓ। ਓਏ ਲਾਣ ਦਿਓ, ਲਾਣ ਦਿਓ, ਅੱਜ ਇਹਨੂੰ ਅੰਬੇ ਦਾ ਮਹਿਣਾ। ਓਏ ਗੱਲ ਸੋਨੇ ਜਗਿਆ, ਜੇ ਤੂੰ ਕਾਲੂ ਦੀ ਲਾਸ਼ ਲੈਣ ਚੱਲੇ ਇੱਕ ਗੱਲ ਦਾ ਖਿਆਲ ਕਰੀ, ਸਿੱਧੀ ਦਿਲ ਤੇ ਗੋਲੀ ਵੱਜੇ, ਨਾ ਦਿਲ ਰਵੇ ਨਾ ਦਿਲਦਾਰ ਰਵੇ। ਚੂ ਚੌਧਰੀ ਤੇ ਅੱਗੇ ਵੀ ਤੇਰੇ ਅਸਾਨਾਂ ਦੇ ਬਾਤ ਥੱਲੇ ਦੱਬਿਆ ਸੀ, ਇੱਕ ਕਿਸਾਨ ਹੋਰ ਕਰ ਦਿੱਤੇ। ਚੌਧਰੀ ਜੀ, ਮੈਂ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ, ਇਹ ਤੇ ਅੱਛੂ ਦਾ ਫਰਜ਼ ਸੀ। ਵੇਲਾ ਆਇਆ ਤੇ ਤੇਰੇ ਦਿੱਤੇ ਲੋ ਦਾ ਕਰਜ਼ ਜ਼ਰੂਰ ਲਾ ਦਿਆਂਗਾ। ਅਸੀਂ ਇਹਨਾਂ ਦੇ ਕਤਲ ਦਾ ਪਰਚਾ ਜ਼ਰੂਰ ਕਟਾਵਾਂਗੇ ਬਾਬਾ, ਜ਼ਰੂਰ ਕਟਾਵਾਂਗੇ। ਆਏ ਅਸੀਂ ਕਤਲਾਂ ਦੇ ਪਰਚੇ ਨਹੀਂ ਕਟਵਾਉਂਦੇ। ਆਏ ਨਿਖਟੂਓ, ਆਏ ਸ਼ਰੀਕਾਂ ਦੇ ਸਿਰ ਲੈਣ ਗਏ ਸੋ ਤੇ ਆਪਣੇ ਹੀ ਬੰਦਿਆਂ ਨੂੰ ਮਰਵਾ ਕੇ ਆ ਗਏ ਹੋ। ਆਏ ਮੇਰੇ ਚਿੱਟੇ ਸਿਰ ਤੇ ਕਿਤਨੇ ਕਤਲਾਂ ਦੇ ਪਾਰ ਚੜਾਓਗੇ? ਆਏ ਤੁਹਾਡੇ ਜਨਾਜ਼ਿਆਂ ਨੂੰ ਮੋਢਾ ਦੇਣ ਲਈ ਮੈਂ ਰਿਹਾ ਹੋ ਕੇ ਨਹੀਂ ਆਇਆ। ਆਏ ਸ਼ਰੀਕਾਂ ਮੁਕਾਉਣ ਆਇਆ, ਸ਼ਰੀਕਾਂ ਚੌਧਰੀ ਸਜਾਵਲ, ਤੇਰੇ ਦੋ ਬੰਦਿਆਂ ਦਾ ਕਤਲ ਅੱਛੂ ਦੇ ਹੱਥੋਂ ਹੋਇਆ ਸੀ, ਤੁਸੀਂ ਹਜੇ ਤੱਕ ਉਹਦੀ ਐਫ ਆਈ ਆਰ ਕਿਉਂ ਨਹੀਂ ਕਰਵਾਈ? ਥਾਣੇਦਾਰਾ, ਅਸੀਂ ਕਦੀ ਆਪਣੇ ਕਤਲਾਂ ਦੀ ਐਫ ਆਈ ਆਰ ਨਹੀਂ ਕਟਵਾਈ। ਸਜਾਵਲ, ਮੈਂ ਸਰਕਾਰੀ ਡਿਊਟੀ ਤੇ ਹਾਂ ਤੇ ਮੇਰੇ ਇਲਾਕੇ ਵਿੱਚ ਕੋਈ ਵੀ ਜੁਰਮ ਹੋਵੇ ਤੇ ਮੈਨੂੰ ਉਹਦੇ ਤੇ ਨਜ਼ਰ ਰੱਖਣੀ ਪੈਂਦੀ ਹੈ।
ਓਏ ਥਾਣੇਦਾਰ ਸਾਹਿਬ, ਉਹ ਸਾਡੇ ਲਾਇਕ ਕੋਈ ਹੁਕਮ ਹੋਵੇ ਸਾਨੂੰ ਦੱਸਿਆ ਹੈ, ਅਸੀਂ ਹਰ ਵਕਤ ਹਾਜ਼ਰ ਹਾਂ। ਮੁਨਸ਼ੀ, ਓਏ ਥਾਣੇਦਾਰ ਸਾਹਿਬ ਨੂੰ 2 ਲੱਖ ਰੁਪਇਆ ਦੇ ਦੇ। ਕੋਈ ਹੋਰ ਵੀ ਜ਼ਰੂਰਤ ਪਵੇ ਤੇ ਅਸੀਂ ਹਾਜ਼ਰ ਹਾਂ। ਸਜਾਵਲ, ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ, ਮੇਰੇ ਬਾਰੇ ਚ ਕਿਸੇ ਗਲਤ ਫਹਿਮੀ ਨਾ ਰਵੀ। ਮੈਂ ਮੁਜਰਮ ਨੂੰ ਜ਼ਿਆਦਾ ਦੇਰ ਬੱਜਣ ਨਹੀਂ ਦਿੰਦਾ, ਇਹ ਯਾਦ ਰੱਖਿਆ। ਸਲਾਮ ਚੌਰੀ ਸਾਹਿਬ। ਓਹੋ, ਉਹ ਸਾਡੇ ਆਣ ਤੇ ਉੱਠੇ ਆ ਨਾ ਘਰ, ਤੂੰ ਸਾਡੇ ਲਈ ਇੱਜ਼ਤ ਦੀ ਥਾਂ ਹੈ। ਤਰੀਕ ਦੱਸ, ਅਸੀਂ ਇੱਥੋਂ ਦੀ ਜੰਜ ਲੈ ਕੇ ਕਦੋਂ ਆਈਏ? ਇਮਾਮ ਸਾਹਿਬ ਦੇ ਕੋਲੋਂ ਪੁੱਛਿਆ ਸੀ ਤੇ ਉਹਨਾਂ ਨੇ ਇਸਤਖਾਰਾ ਕਰਕੇ ਕਿਹਾ ਹੈ ਕਿ ਚੰਦ ਦੀ 14 ਤਰੀਕ। ਚੰਦ ਦੀ 14? ਹਾਂਜੀ, ਮਨਜ਼ੂਰ ਹੈ। ਮੁਬਾਰਕ ਹੋਵੇ ਚੌਰੀ ਸਾਹਿਬ। ਮੁਬਾਰਕ ਹੋਵੇ ਚੌਰੀ ਸਾਹਿਬ। ਮੁਬਾਰਕ ਹੋਵੇ। ਖੈਰ ਮੁਬਾਰਕ, ਖੈਰ ਮੁਬਾਰਕ। ਆਪਣੇ ਚਾ ਪੂਰੇ ਕਰ ਆਇਆ ਨਾ ਬਾ, ਪੁੱਤਰ ਦਾ ਕਲੇਜਾ ਕੱਢ ਕੇ ਕਾਮੇ ਦੀ ਤਲੀ ਤੇ ਰੱਖ ਆਇਆ ਨਾ। ਇਨਸਾਫ ਤੇ ਪੁਜਾਰੀਆ, ਪੁੱਤਰ ਦਿਆ ਵੈਰੀਆ, ਓਏ ਸਾਨੂੰ ਤਾਂ ਤੇਰੀਆਂ ਕਾਲੀਆਂ ਹੀ ਮਾਰ ਗਈਆਂ। ਕਾਮੇ ਦੀ ਜੰਜ ਨਾ ਚਾੜੀ ਚੌਧਰੀ, ਇਸ ਲਈ ਜੁਵਸਾ ਸੋਹਣੀ ਚੁੱਕ ਲੈਣੀ ਹੈ। ਓਏ ਪਿਓ ਸਦਕੇ ਕਾਲੂ, ਓਏ ਕਾਲੂ, ਉਹ ਪਿਓ ਕੋਲ ਦੂਰ ਰਹਿ ਤੇ ਕੀ ਹਾਲਤ ਬਣਾ ਲਈ ਹੈ? ਅਸੀਂ ਪਿਓ ਕੋਲ ਨਹੀਂ, ਇਸ ਪਿੰਡ ਦੇ ਚੌਧਰੀ ਕੋਲ ਆਇਆ ਹੈ। ਓਏ ਪਿਓ ਨੂੰ ਭੁੱਲ ਜਾਣ ਵਾਲਿਆ, ਅਸੀਂ ਬੰਦੂਕ ਫੜ ਕੇ ਤੇਰੇ ਬਾਹਰੇ ਦਿੱਤੇ, ਆਪਣੇ ਹਰ ਸਾਹ ਨੂੰ ਤੇਰੇ ਨਾਂ ਦਾ ਵਿਰਧ ਬਣਾਇਆ, ਆਪਣੀ ਜਵਾਨੀ ਨੂੰ ਡੋਲਾ ਨਹੀਂ ਦਿੱਤਾ, ਆਪਣੀ ਦੂਜੀ ਸ਼ਾਦੀ ਨਹੀਂ ਕੀਤੀ, ਆਪਣੀ ਸਾਰੀ ਜ਼ਿੰਦਗੀ ਤੇਰੇ ਤੋਂ ਕੁਰਬਾਨ ਕਰ ਦਿੱਤੀ ਤੇ ਤੂੰ ਸਾਨੂੰ ਸਾਡੀ ਕੁਰਬਾਨੀ ਦਾ ਇਹ ਸਿਲਾ ਦਿੱਤਾ? ਰੱਬ ਦਾ ਵਾਸਤਾ ਹੀ ਕਾਲੂ, ਰੱਬ ਦਾ ਵਾਸਤਾ ਹੀ, ਸਾਡੇ ਫੈਸਲੇ ਦੇ ਅੱਗੇ ਦੀਵਾਰ ਨਾ ਬਣ। ਨਹੀਂ ਨਹੀਂ, ਅਸੀਂ ਆਪਣੇ ਰਸਤੇ ਦੀ ਹਰ ਦੀਵਾਰ ਢਾ ਦੇਵਾਂਗੇ। ਤੇ ਫਿਰ ਯਾਦ ਰੱਖ ਕਾਲੂ, ਜੇ ਸਾਡੀ ਤੂੰ ਹੁਣ ਵੀ ਨਹੀਂ ਸੁਣਨੀ ਤੇ ਫਿਰ ਸਾਡਾ ਫੈਸਲਾ ਵੀ ਸੁਣਦਾ ਜਾ। ਅਸੀਂ ਵਿਆਹ ਲਈ ਚੰਦ ਦੀ 14 ਤਰੀਕ ਪੱਕੀ ਕਰ ਆਇਆ। ਓਏ, ਇਹ ਤਾਂ ਵੇਲਾ ਹੀ ਦੱਸੇਗਾ ਚੌਧਰੀ। ਸਜਾਵਲਾ ਤੇ ਉਹਦੇ ਬੰਦੇ ਤੇਰੇ ਜਵਾਈ ਨੂੰ ਚੁੱਕ ਕੇ ਲੈ ਜਾ ਰਹੇ, ਤੇਰੇ ਵੱਲ ਆ ਰਹੇ। ਹੀਰਿਆ, ਬੜੇ ਵਰਿਆਂ ਤੂੰ ਬਹੁਤ ਸ਼ਕਲ ਵਿਖਾਈ ਹੋ। ਮੈਨੂੰ ਪਿਰਾ ਤਾਜੇ ਦੇ ਕਤਲ ਦਾ ਬਦਲਾ ਲੈਣ ਲਈ ਕਬਰ ਦੀਆਂ ਕੰਨਾਂ ਤੱਕ ਵੀ ਮੈਨੂੰ ਜਾਣਾ ਪੈਂਦਾ ਤੇ ਮੈਂ ਜ਼ਰੂਰ ਪਹੁੰਚਦਾ। ਸਜਾਵਲਿਆ, ਮੇਰੇ ਜਵਾਈ ਨੂੰ ਛੱਡ ਦੇ, ਤੇਰੀ ਦੁਸ਼ਮਣੀ ਸਿਰਫ ਮੇਰੇ ਨਾਲ ਹੈ ਸਜਾਵਲਿਆ, ਮੇਰੇ ਨਾਲ। ਮੈਂ ਇਸ ਦੁਸ਼ਮਣੀ ਦੀ ਅੱਗ ਚ ਹਰ ਸ਼ੈ ਸਾੜ ਕੇ ਸੁਆਹ ਕਰ ਦਿਆਂਗਾ, ਨਾਲੇ ਤੇਰੀ ਧੀ ਚੁੱਕ ਲਾਂਗਾ। ਬਗੈਰਤਾ, ਜਿਨ੍ਹਾਂ ਧੀਆਂ ਦੇ ਬਾਬਲ ਜੁਦੇ ਹੋਣ, ਉਹਨਾਂ ਵੱਲ ਤੇ ਅਸਮਾਨ ਵੀ ਮੇਰੀ ਅੱਖ ਨਹੀਂ ਵੇਖ ਸਕਦਾ। Thank you.
ਜਵਾਈ ਦੀ ਐਸੀ ਦੀ ਮੈਨੂੰ ਮਾਫ ਕਰ ਦੇ। ਤੂੰ ਮੇਰੇ ਪੁੱਤਰ ਦੀ ਜਾਨ ਬਚਾ ਕੇ ਮੇਰੇ ਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ। ਮੈਂ ਸ਼ਰਮਿੰਦਾ ਵਾਂ ਹੀਰਿਆ। ਅੱਜ ਤੋਂ ਬਾਅਦ ਸ਼ਾਨੋ ਮੇਰੇ ਘਰ ਮੇਰੀ ਨੂੰਹ ਨਹੀਂ, ਮੇਰੀ ਧੀ ਬਣ ਕੇ ਰਹੇਗੀ। ਮੇਰੀ ਧੀ ਬੜੀ ਦੁਖੀ ਹੈ ਭਰਜਾਈ। ਉਹਦੇ ਹੋਰ ਦੁੱਖ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਭਰਜਾਈ। ਹਵੇਲੀ ਸੁੰਜੀ ਤੇ ਤੇਰੇ ਮਹਿਲਾਂ ਹੋ ਗਏ ਨੇ। ਓਏ ਅੱਜ ਵੀ ਸਾਡੇ ਸੀਨੇ ਦੇ ਜ਼ਖਮਾਂ ਵਿੱਚੋਂ ਓਏ ਲਹੂ ਪੈ ਵਗਦੇ ਨੇ। ਸਾਡੇ ਘਰ 'ਚ ਅੱਗ ਲਾ ਕੇ ਓਏ ਚੂਨੇ ਸਿਰ ਤੇ ਸਿਹਰੇ ਸਜਾ ਲਏ ਨੇ ਬਾਬਾ। ਤੇ ਫਿਰ ਅੱਜ ਅੱਛੂ ਦੇ ਘਰ ਵਿੱਚ ਮੌਤ ਦੀ ਜੰਜ ਟੁੱਕੇਗੀ। ਮੌਤ ਦੀ ਜੰਜ ਸਿਰਿਆਂ ਵਾਲਾ ਸਿਰ ਲਾ ਦਿਆਂਗੇ। ਜਦੋਂ ਅਸੀਂ ਵੈਰ ਦੀ ਕਹਾਣੀ ਸ਼ੁਰੂ ਕਰਨੇ ਆ, ਉਹ ਮੌਤ ਤੇ ਖਤਮ ਹੁੰਦੀ ਹੈ। ਮੌਤ ਤੇ ਨਾ ਦਿੱਤਾ ਨਾ, ਇਹਨਾਂ ਨੂੰ ਇਤਨਾ ਆਸਾਨ ਮੌਤ ਨਹੀਂ ਮਾਰਾਂਗੇ। ਇਹਨਾਂ ਨੂੰ ਤੜਪਾ ਤੜਪਾ ਕੇ ਮਾਰਾਂਗੇ ਬਾਬਾ। ਅੱਛੂ ਦੀ ਅੱਜ ਜੰਜ ਨਹੀਂ, ਲੋਕਾਂ ਦੇ ਮੋਢਿਆਂ ਤੇ ਉਸ ਦਾ ਜਨਾਜ਼ਾ ਚੜ੍ਹਸੀ ਜਨਾਜ਼ਾ। ਹਾਂ ਖਾਲੀ, ਤੂੰ ਠੀਕ ਆਖਿਆ। ਮੈਂ ਚੜ੍ਹਦੇ ਸੂਰਜ ਦੀ ਅੱਖ ਵਿੱਚ ਅੱਖ ਪਾਵਾਂ ਤੇ ਉਹ ਵੀ ਡੁੱਬਣ ਲਈ ਥਾਂ ਲੱਭਦਾ ਥਾਂ। ਵੈਰ ਦੀ ਇਹ ਜੀ ਹਨੇਰੀ ਖੋਲਾਂਗਾ ਬਾਬਾ, ਅੱਛੂ ਤੇ ਕਾਲੂ ਦੀਆਂ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ। ਫਿਰ ਤੁਸੀਂ ਆਪਣੇ ਆਪਣੇ ਦਿਲ ਲਾ ਲਓ। ਅੱਜ ਇਸ ਮੰਗਣੇ ਵੈਰ ਦੀ ਕਹਾਣੀ ਮੁਕਾ ਦੇਣੀ ਹੈ ਬਾ, ਮੁਕਾ ਦੇਣੀ ਹੈ। ਇਸ ਕਹਾਣੀ ਨੂੰ ਮੁਕਾਵਣਾ ਨਹੀਂ, ਇਸ ਕਹਾਣੀ ਨੂੰ ਚਲਾਵਣਾ। ਓਏ ਸ਼ਰੀਕਾਂ ਨੂੰ ਪਤਾ ਲੱਗੇ ਕਿ ਚੌਵੀ ਸਜਾਵਲ ਜਿਉਂਦਾ ਹੈ, ਜਿਉਂਦਾ ਹੈ। ਹਾਂ ਮੰਗਿਆ, ਹਾਂ ਬਾਬਾ ਠੀਕ ਕਹਿ ਰਿਹਾ। ਇਹ ਵੈਰ ਦੀ ਕਹਾਣੀ ਚੱਲਣੀ ਚਾਹੀਦੀ ਹੈ, ਚੱਲਣੀ ਚਾਹੀਦੀ ਹੈ। ਨਹੀਂ ਬਾਬਿਓ ਨਹੀਂ, ਤੁਸੀਂ ਸਿਰਫ ਉਹਦੀ ਵੋਟੀ ਚੁੱਕ ਕੇ ਲਿਆਓ। ਲਾੜਾ ਤੇ ਆਸ਼ਕ ਉਹਦੇ ਪਿੱਛੇ ਆਣ ਤੇ ਮਾਰ ਦਿਓ। ਉਹਦੇ ਆਲੇ ਦੁਆਲੇ ਇਹੋ ਜਿਹੀ ਅੱਗ ਬਾਲਾਂਗਾ, ਉਹਦਾ ਸਭ ਕੁਛ ਸੜ ਕੇ ਸੁਆਹ ਹੋ ਜਾਏਗਾ। ਅੱਛੂ ਸੇਰਾ ਬਣ ਲੈ। ਬਣ ਲੈਣਾ, ਬਣ ਲੈਣਾ। ਅੱਛੂ ਸਾਰੀ ਬਰਾਤ ਤੇਰਾ ਇੰਤਜ਼ਾਰ ਪਈ ਕਰਦੀ। ਓ ਕੋਈ ਨੀ ਕਬੀਰ ਭਾਈ, ਚੌਧਰੀ ਸਾਹਿਬ ਨੂੰ ਆ ਲੈਣ ਦਿਓ, ਸੇਰਾ ਹੀ ਬਣ ਲੈਣੇ। ਅੱਛੂ ਯਾਰ, ਉਹ ਵੱਡੇ ਲੋਕ ਹਨ, ਗਰੀਬਾਂ ਦੇ ਘਰ ਕਦੋਂ ਆਉਂਦੇ ਨੇ। ਰੱਬ ਦੀ ਜ਼ਮੀਨ ਹੈ, ਅਸੀਂ ਇੱਥੇ ਸਾਰੇ ਇੱਕੋ ਜਾਏ। ਸਲਾਮ ਚੌਧਰੀ ਸਾਹਿਬ। ਅਸੀਂ ਕਾਲ ਕੀਤਾ ਹੋਵੇ, ਉਹਨੂੰ ਪੂਰਾ ਵੀ ਕਰਨੇ ਆ। ਅਸੀਂ ਹੁਣ ਆ ਗਏ ਹਾਂ, ਤੇਰਾ ਬੰਦੀ ਦੀ ਤਿਆਰੀ ਕਰੋ। ਚੋਰੀ ਸਾਹਿਬ, ਉਹਦਾ ਨਾਂ ਹੈ ਕਾਲੂ, ਤੇਰਾ ਪੁੱਤਰ ਕਾਲੂ, ਜਿਹਨੇ ਸੋਹਣੀ ਨੂੰ ਚੁੱਕਣ ਦੀ ਜ਼ਿੱਦ ਲਾਈ ਹੋਈ ਸੀ। ਚੌਧਰੀ ਸਾਹਿਬ, ਪਿੰਡ ਦੀ ਇੱਜ਼ਤ ਤੇ ਹੱਥ ਚੁੱਕਣ ਵਾਲੇ ਦਾ ਤੂੰ ਹੱਥ ਵੜ ਦਿੱਤਾ ਸੀ ਤੇ ਹੁਣ ਪਿੰਡ ਦੀ ਇੱਜ਼ਤ ਚੁੱਕਣ ਵਾਲੇ ਦੀ ਸਦਾ। ਤੂੰ ਆਪ ਸੋਚ ਚੋਰੀ ਸਾਹਿਬ, ਤੂੰ ਆਪ ਸੋਚ।
ਇੱਥੇ ਹੀ ਰੁਕ ਜਾ ਚੂ। ਓਏ ਤੇਰੇ ਸਿਰ ਤੇ ਮੇਰੇ ਦੋ ਭਰਾਵਾਂ ਦੀਆਂ ਲਾਸ਼ਾਂ ਕੂਕਦੀਆਂ ਨੇ, ਅੱਜ ਮੈਂ ਤੇਰਾ ਗੁਸ਼ਤ ਲਾ ਦੇਣਾ। ਮੌਤ ਦਾ ਦੁਜਨਾ ਮੰਗਾਈਏ। ਓਏ ਮੈਂ ਗੈਰਤ ਦਾ ਤੂਫਾਨ ਬਣ ਕੇ ਆਇਆ, ਜੇ ਤੂੰ ਮੇਰੇ ਰਾਹ ਚ ਆਏ ਗਿਆ ਤਾਂ ਤੁਹਾਡੀਆਂ ਬੋਟੀਆਂ ਬੋਟੀਆਂ ਕਰ ਦਿਆਂਗਾ। ਮਦਾਰ ਦਾਸੀ ਲਾ ਛੱਡਿਆ ਅੱਜ, ਤੇਰੀ ਸੋਹਣੀ ਨੂੰ ਮੇਰੇ ਭਰਾ ਚੁੱਕ ਕੇ ਲੈ ਜਾਣੀ, ਚੰਗਾ ਕੀਤਾ ਈ ਸਾਡਾ ਭੁਲੇਖਾ ਇੱਥੇ ਹੀ ਕੱਢ ਦਿੱਤਾ ਈ, ਅੱਜ ਮੈਂ ਸਾਰੇ ਬੇਗਾਰਤ ਮਾਰ ਦਿਆਂਗਾ। ਸੂਆ ਜੋੜਾ ਮੈਨੂੰ ਆਪਣੇ ਪੁੱਤਰਾਂ ਦੇ ਲਹੂ ਹੀ ਰੰਗਿਆ ਨਜ਼ਰ ਆਉਂਦਾ ਹੈ। ਆਹੋ ਮੈਂ ਮੰਗਾਂ ਉਸ ਜਣੇ ਦੀ ਜਿਹੜਾ ਹਵੇਲੀ ਦੀ ਇੱਜ਼ਤ ਲਈ ਤੁਹਾਡੇ ਦੋ ਮਾਰ ਸਕਦਾ ਹੈ, ਉਹ ਆਪਣੀ ਗੈਰਤ ਲਈ ਤੁਹਾਡੇ ਸਾਰੇ ਮਾਰ ਦੇਗਾ। ਪਹਿਲੇ ਅੱਛੂ ਨੂੰ ਤੇਰੀ ਅੱਖਾਂ ਦੇ ਸਾਹਮਣੇ ਮਾਰ। ਰਾਣੀ ਸਾਡੇ ਵੈਰੀਆਂ ਨੂੰ ਸਾਡੇ ਕੋਲੋਂ ਬਹੁਤੀ ਦੇਰ ਇੰਤਜ਼ਾਰ ਨਹੀਂ ਹੁੰਦਾ, ਆਵਾਜ਼ ਮਾਰਨੀ। ਓਏ ਵੈਰੀਓ, ਤੁਸੀਂ ਮੇਰੀ ਜ਼ਿੱਦ ਚੁੱਕ ਕੇ ਲੈ ਆਏ ਹੋ, ਅੱਜ ਮੈਂ ਸਾਰੇ ਹੀ ਮਾਰ ਦਿਆਂਗਾ, ਸਾਰੇ ਹੀ ਮਾਰ ਦਿਆਂਗਾ।
ਤੈਨੂੰ ਕਿਹਾ ਸੀ ਨਾ ਸਾਨੂੰ ਇਨਸਾਫ ਦੀ ਤਕੜੀ ਫੜਨ ਤੇ ਮਜਬੂਰ ਨਾ ਕਰੀ, ਨਾ ਕਰੀ ਮਜਬੂਰ। ਸਾਡੇ ਕੋਲੋਂ ਚੋਕ ਨਹੀਂ ਆ ਵਜਣੀ, ਸਾਡੇ ਪਿੰਡ ਦੀ ਇੱਜ਼ਤ, ਹਾਂ ਸਾਡੇ ਪਿੰਡ ਦੀ ਇੱਜ਼ਤ ਚੁੱਕਣ ਵਾਲਾ ਸਾਡਾ ਪੁੱਤਰ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਇੱਜ਼ਤ ਇੱਜ਼ਤ ਬਚਾਉਣ ਵਾਲਾ ਤਾਂ ਪੁੱਤਰ ਹੋ ਸਕਦਾ ਨਾ। ਜ਼ੁਲਮ ਕੀਤਾ ਚੌਧਰੀ ਸਾਹਿਬ, ਮੈਨੂੰ ਤੇ ਚੁੱਕ ਕੇ ਲੈ ਗਿਆ ਸੀ ਤੇਰਾ ਸ਼ਰੀਕਾ, ਕਾਲੂ ਤੇ ਮੈਨੂੰ ਬਚਾ ਕੇ ਲੈ ਆਇਆ। ਓਏ ਕੱਲ ਤੱਕ ਤੇਰੀ ਨਹੀਂ ਮੰਨੀ ਤੇ ਲਾਡ ਲੜਾਉਂਦਾ ਰਿਹਾ ਹੈ, ਅੱਜ ਪਹਿਲੀ ਵਾਰੀ ਮੰਨੀ ਹੈ ਤੇ ਗੋਲੀ ਮਾਰ ਦਿੱਤੀ। ਓਏ ਕਾਲੂ, ਓਏ ਕਾਲੂ, ਮਰਦੇ ਅਸੀਂ ਆਪ ਗਏ ਕਾਲੂ। ਓਏ ਕਾਲੂ, ਮਰਦੇ ਅਸੀਂ ਆਪ ਗਏ। ਅਸੀਂ ਆਪਣੇ ਪਿਓ ਦਾ ਕੌਲ ਨਹੀਂ ਹਾਰਨ ਦਿੱਤਾ, ਅਸੀਂ ਆਪਣੀ ਜਿੰਦੜੀ ਹਾਰ ਗਏ। ਓਏ ਸਾਨੂੰ ਤਾਂ ਤੇਰੀਆਂ ਕਾਲੀਆਂ ਹੀ ਮਾਰ ਗਈਆਂ, ਓਏ ਕਾਲੀਆਂ ਹੀ ਮਾਰ ਗਈਆਂ। ਹਾ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